ਰੱਬਾ, ਕਿਆ ਦੱਸਾਂ, ਮੈਂ ਤਾਂ ਭੁੱਖੀ ਪਾਣੀ, ਇੱਥੇ ਤਾਂ ਆ ਗਿਆ ਆ ਗਿਆ ਆ ਗਿਆ। ਮੈਂ ਕਿਹਾ ਜੀ ਸਾਰਿਆਂ ਨੂੰ ਨਾ ਪਿਆਰ ਭਰੀ ਸਤਿ ਸ਼੍ਰੀ ਅਕਾਲ, ਇਹ ਹੈ ਤੁਹਾਡਾ ਆਪਣਾ ਪ੍ਰੋਗਰਾਮ ਗੱਲਾਂ ਵਿਦ ਗੁਲਾਬੋ, ਤੇ ਟੀਵੀ ਚੈਨਲ ਕਿਹੜਾ? ਮੈਂ ਕਿਹਾ ਦੱਸਾਂ ਭੁੱਖੀ ਪਾਣੀ, ਮੈਂ ਤਾਂ ਭੁੱਲ ਹੀ ਜਾਂਦੀ ਹਾਂ ਗਲੋਬਲ ਪੰਜਾਬ ਟੀਵੀ, ਤੇ ਮੈਂ ਹੈਗੀ ਹਾਂ ਵਿਚਾਰੀ ਬੇਸਹਾਰਾ ਜਿਹੀ ਬੀਵੀ। ਬਹੁਤ ਔਖਾ ਹੋਇਆ ਪਿਆ ਜੀ, ਮੈਂ ਤੁਹਾਨੂੰ ਕੀ ਗੱਲ ਦੱਸਾਂ, ਮੇਰੀ ਤਾਂ ਜਿੰਦ ਜਾਨ ਨਹੀਂ ਤੁਰ ਚੱਲੀ, ਹੁਣ ਮੋਈ ਹੁਣ ਮੋਈ ਹੁਣ ਮੋਈ। ਉਹ ਪਤਾ ਕਿਉਂ? ਕਿਉਂਕਿ ਅੱਜ ਮੈਂ ਵੀ ਨਾ ਉਹ ਸਿਆਪੇ ਵਾਸਤੇ ਵਰਤ ਰੱਖਿਆ, ਆਪ ਤਾਂ ਦਫਾ ਹੋਣਾ ਪਤਾ ਨਹੀਂ ਕਿੱਥੇ ਗਿਆ, ਮੈਨੂੰ ਤੇ ਆ ਵੀ ਨਹੀਂ ਪਤਾ। ਮੈਨੂੰ ਕਹਿੰਦਾ ਸੀ ਜਦੋਂ ਮੈਂ ਆਊਂਗਾ ਨਾ ਮੇਰੀ ਪੈਰ ਛੂ ਕੇ ਤੇ ਫਿਰ ਵਰਤ ਖੋਲੀ। ਆ ਮੇਰੇ ਪਿੱਛੇ ਇੰਨਾ ਸੋਹਣਾ ਚੰਨ ਚੜਿਆ ਪਿਆ, ਮੈਨੂੰ ਤਾਂ ਲੱਗਦਾ ਇੱਧਰ ਇਹ ਚੰਨ ਚੜਿਆ ਪਿਆ, ਉਧਰ ਪਿੰਡ ਦੇ ਵਿੱਚ ਉਹ ਕੋਈ ਆਪਣੇ ਚੰਨ ਚਾੜਦਾ ਹੋਣਾ। ਮੈਂ ਤੇ ਨਵੀਂ ਆ ਨਾ, ਮੇਰੇ ਬਾਰੇ ਤੇ ਏਦਾਂ ਨਾ ਬੋਲ। ਆਪ ਪੁਰਾਣੇ, ਤੂੰ ਮੈਂ ਤੇ ਨਵੀਂ ਹੀ ਆ। ਮੇਰੀ ਗੱਲ ਸੁਣੋ, ਜਦੋਂ ਦਾ ਜੈਲਦਾਰੀ ਨਾਲੋਂ ਖਹਿੜਾ ਛੁੱਟਿਆ ਨਾ, ਆ ਤੂੰ ਉਦੋਂ ਵੀ ਭੈੜੀ ਹੈ। ਖੁਸ਼ੀਆਂ ਚੰਨ ਚੜ ਗਿਆ, ਮੈਨੂੰ ਕੁਛ ਡੱਫ ਲੈਣ ਦੇ, ਖਾ ਲੈਣ ਦੇ, ਪੈਰ ਤੇਰੇ ਆਲੇ ਛੂ ਲੈ, ਪੈਰ ਲੈ, ਤੂੰ ਮੇਰੇ ਛੂ ਲੈ, ਕਹਿ ਛੂੰਦੇ ਹੁੰਦੇ। ਚੱਲ ਕੋਈ ਗੱਲ ਨੀ, ਪਰ ਮੇਰੀ ਗੱਲ ਤਾਂ ਸੁਣ, ਇੰਨੇ ਸਾਰੇ ਦਰਸ਼ਕ ਅੱਜ ਆਪਾਂ ਨੂੰ ਦੇਖਦੇ ਪਏ ਆ, ਆਪਾਂ ਉਹਨਾਂ ਸਾਹਮਣੇ ਪਸੂੜੀ ਨਾ ਹੀ ਪਾਈਏ ਤੇ ਚੰਗਾ। ਮੈਂ ਕਿਹਾ ਜੀ ਅੱਜ ਤੁਹਾਡੇ ਵਾਸਤੇ ਵਰਤ ਰੱਖਿਆ ਕਰਵਾ ਚੌਥ ਦਾ, ਤੁਸੀਂ ਮੈਨੂੰ ਕੀ ਲੈ ਕੇ ਦਓਗੇ? ਮੈਂ ਤੈਨੂੰ ਲੈ ਕੇ ਦਊਂਗਾ ਚੂੜੀਆਂ। ਉਹ ਤੇ ਪਹਿਲਾਂ ਹੀ ਹੈਗੀਆਂ ਸੋਨੇ ਦੀਆਂ, ਉਹ ਖਰਾਦ ਜਿਹੜੇ ਖਰਾਦ ਤੇ ਪੈਂਦੀਆਂ ਨੇ ਖਰਾਦ ਵਾਲੀਆਂ। ਰੱਬਾ ਵੇਖ ਲੋ, ਸਾਰੇ ਦਿਨ ਦੀ ਮੈਂ ਭੁੱਖੀ ਪਾਣੀ, ਐਨਰਜੀ ਮੇਰੀ ਇੰਨੀ ਘੱਟ ਹੋਈ ਪਈ ਹੈ, ਆ ਬਰਫੀ ਦਾ ਪੀਸ ਖਾ ਲਾਂ। ਅਜੇ ਨਹੀਂ ਖਾਣਾ ਹੈਗਾ, ਚੰਦ ਚੰਗੀ ਤਰ੍ਹਾਂ ਨਹੀਂ ਚੜਿਆ। ਅੱਛਾ, ਚੰਨ ਤਾਂ ਚਾੜ ਤਾਂ ਆਇਆ ਪੂਰੇ ਪਿੰਡ ਦੇ ਵਿੱਚ, ਨਾਲੇ ਹੁਣ ਜਰਾ ਆਪਾਂ ਸਾਰਿਆਂ ਨੂੰ ਪੁੱਛ ਤਾਂ ਲਈਏ ਵੀ ਅੱਜ ਨਾ ਇੰਨੀਆਂ ਸਾਰੀਆਂ ਜਿਹੜੀਆਂ ਵੀ ਫੀਮੇਲਸ ਨੇ, ਕੁੜੀਆਂ ਨੇ, ਤੀਵੀਆਂ ਨੇ, ਨਾ ਸਾਰੀਆਂ ਨੇ ਵਰਤ ਰੱਖਿਆ ਹੋਣਾ ਆਪਣੇ ਆਪਣੇ ਘਰ ਵਾਲੇ ਵਾਸਤੇ, ਤੇ ਨਾ ਅੱਜ ਇਹਨਾਂ ਦਾ ਐਕਸਪੀਰੀਅੰਸ ਕਿਹੋ ਜਿਹਾ ਰਿਹਾ ਉਹ ਦੱਸੋ, ਤੇ ਦੂਜੀ ਗੱਲ ਇਹ ਹੈ ਕਿ ਇਹ ਵਰਤ ਰੱਖਣਾ ਕਾਹਦੇ ਜ਼ਰੂਰੀ ਹੁੰਦਾ, ਆਪਾਂ ਸਾਰਿਆਂ ਨੂੰ ਪੁੱਛ ਹੀ ਲਈਏ ਵਰਤ ਰੱਖਣ ਨਾਲ ਹੁੰਦਾ ਕਿਆ ਹੈ। ਇੱਕ ਤੂੰ ਹੀ ਮੈਨੂੰ ਕਹਿੰਦਾ ਸੀ ਸਵੇਰੇ ਉੱਠ ਕੇ 4 ਵਜੇ ਸਰ ਗੀ ਖਾ ਲੈ, ਮਾਂ ਤੇਰੇ ਨੇ ਮੈਨੂੰ ਕੁਛ ਭੇਜਿਆ ਹੈ ਨਹੀਂ, ਖਾਣ ਦੇ ਟਕਵੰਜ ਕਰਦੀ ਰਹਿੰਦੀ ਆ। ਕੋਈ ਅਸੀਂ ਵੀ ਵਰਤ ਰੱਖਿਆ, ਮੈਂ ਵੀ ਵਰਤ ਰੱਖਿਆ ਕਰੂੰਗਾ, ਸਾਰੇ ਜਾਣੇ ਭੁੱਖਾ ਰਹਿ ਕਰੂੰਗਾ, ਪਰ ਦਾਰੂ ਡੱਕ ਕੇ ਪੀਆ ਕਰੂੰਗਾ। ਮੇਰੀ ਗੱਲ ਸੁਣ, ਤੂੰ ਤਾਂ ਹੈ ਇੰਕ ਸਾਡੇ ਦਾਦੇ ਤੇ ਗਿਆ, ਮੈਨੂੰ ਤਾਂ ਲੱਗਦਾ ਸਾਡੇ ਦਾਦਾ ਦਾ ਨਾ ਤੇਰੀ ਨਾ ਕੁੱਟ ਕੁੱਟ ਤਾਂ ਹੀ ਉੱਥੇ ਚੱਲ ਗਈਆਂ। ਓਏ ਨਾਲੇ ਮੇਰੀ ਗੱਲ ਸੁਣ, ਤੂੰ ਮੈਨੂੰ ਲੈ ਕੇ ਕੀ ਦੇਏਂਗਾ? ਤੈਨੂੰ ਮੈਂ ਹਜੇ ਕੋਈ ਇਰਾਦਾ ਨਹੀਂ। ਦੇਖ ਪਹਿਲਾਂ ਹੁਣ ਤੂੰ ਚੂੜੀਆਂ ਜਿਹੜੀਆਂ ਕਹੀਆਂ ਸੀ ਉਹਦੇ ਤੇ ਮੈਂ ਵੈਸੇ ਜਵਾਬ ਹੀ ਦੇ ਦਿੱਤਾ, ਉਹ ਤੂੰ ਛੱਡ, ਤੂੰ ਇੱਦਾਂ ਕਰ ਮੇਰੇ ਨਾ ਇੱਕ ਸੋਹਣੀ ਜੀ ਨਾ ਵੱਡੀ ਸਾਰੀ ਗੱਡੀ ਲੈ ਦੇ। ਮੂੰਹ ਤੇਰਾ ਗੱਡੀ ਵਾਲਾ। ਓਏ ਆਪਦਾ ਮੂੰਹ ਸਾਈਕਲ ਵਰਗਾ ਨਾ, ਲੂਣਾ ਵਰਗਾ, ਤਾਂ ਹੀ ਇਹੋ ਜਿਹੀਆਂ ਗੱਲਾਂ ਕਰਦਾ, ਨਾਲੇ ਕੁਝ ਤੂੰ ਸੋਹਣੇ ਜਿਹੇ ਕੱਪੜੇ ਨਹੀਂ ਪਾ ਸਕਦਾ, ਉਹੀ 24 ਘੰਟੇ ਧੋਤੀ 'ਚ ਤੁਰਿਆ ਫਿਰਦਾ, ਤੈਨੂੰ ਪਤਾ ਪਿੰਡ ਦੇ ਕਿਸੇ ਨਿਆਣੇ ਨੇ ਧੋਤੀ ਖਿੱਚਦੀ ਨਾ ਫਿਰ। ਨਾਲੇ ਹਾਂ ਮੇਰੀ ਗੱਲ ਸੁਣ, ਤੂੰ ਪਿੰਡ ਦੇ ਵਿੱਚ ਅੱਜ ਗਿਆ ਸੀ, ਤੂੰ ਕਿਹਨੂੰ ਕਿਹਨੂੰ ਛਿੜ ਕੇ ਆਇਆ? ਓਏ ਕਿਉਂ ਮੇਰੇ ਤੇ ਦੂਸ਼ਾ ਲਾਉਣੀ ਆ, ਕਿਉਂ ਮੇਰੇ ਤੇ ਦੂਸ਼ਾ ਲਾਉਣੀ ਆ? ਮੇਰੇ ਤੇ ਪਹਿਲਾਂ ਉਹ ਜਿਹੜੀ ਜੈਲਦਾਰੀ ਸੀ ਉਹ ਕਹਿੰਦੀ ਸੁਪਨੇ ਚ ਨਜ਼ਾਰੇ ਲੈਂਦਾ, ਹੁਣ ਤੂੰ ਮੈਨੂੰ ਨਜ਼ਾਰੇ ਹੀ ਲੈਣ ਦਿੰਦੀ? ਮੇਰੀ ਗੱਲ ਸੁਣ, ਮੈਂ ਬਰਾਬਰ ਦੀ ਨੂੰ ਜਿਹੜੀ ਕੁਛ ਵੀ ਮਰਜ਼ੀ ਸਮਝਾਂ, ਪਰ ਮੈਂ ਆਪ ਤੋਂ ਵੱਡੀ ਨੂੰ ਮਾਂ ਸਮਝਦਾ। ਅੱਛਾ, ਤੇ ਆਪ ਤੋਂ ਛੋਟੀ ਨੂੰ? ਉਹਨੂੰ ਧੀ ਸਮਝਦਾ, ਪਰ ਬਰਾਬਰ ਦੀ ਨੂੰ ਜਿਹੜਾ ਕੁਛ ਮਰਜ਼ੀ ਸਮਝਦਾ, ਇਹ ਆਪਣਾ ਨਿੱਜੀ ਮਾਮਲਾ। ਹਾਏ ਓਏ ਰੱਬਾ, ਇਸੇ ਕਰਕੇ ਮੈਂ ਕਹਿੰਦੀ ਆ ਤੇਰੇ ਵਰਗੇ ਲੁੱਚੇ ਬੰਦੇ ਨਾਲ ਕਿਸੇ ਦਾ ਵਿਆਹ ਨਹੀਂ ਹੋਣਾ ਚਾਹੀਦਾ। ਮੈਂ ਤੁਹਾਨੂੰ ਕੀ ਦੱਸਾਂ, ਪਿੰਡ ਦੀ ਇਕੱਲੀ ਇਕੱਲੀ ਇਹਨੇ ਵੀ ਛੇੜਤੀ ਮੇਰੇ ਦਾਦੇ ਵਾਂਗੂ ਭਾਈ। ਲੇਕਿਨ ਅੱਜ ਨਾ ਜਿਨ੍ਹਾਂ ਨੇ ਵੀ ਸਾਨੂੰ ਫੋਨ ਕਰ ਰਹੇ 3472521232 ਆਹ ਸਾਡਾ ਨੰਬਰ ਹੈ, ਅੱਜ ਤੇ ਫੋਨ ਕਰਕੇ ਦੱਸੋ ਕਿ ਸਾਰਾ ਦਿਨ ਤੱਕ ਜਿਹਾ ਕਲੇਸ਼ ਜਿਹਾ ਪਾਈ ਰੱਖਦੇ ਨੇ ਇਹਦੇ ਵਰਗੇ। ਫੋਨ ਆ ਗਿਆ, ਫੋਨ ਆ ਗਿਆ, ਫੋਨ। ਹੈਲੋ ਹੈਲੋ ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ, ਕੌਣ ਬੋਲਦੇ ਹੋ ਜੀ, ਕਿੱਥੋਂ ਬੋਲਦੇ ਹੋ? ਮੈਂ ਜੀ ਕਰਤਾਰ ਬੋਲਣਾ ਜੀ, ਕੈਲੀਫੋਰਨੀਆ ਤੋਂ। ਸਤਿ ਸ਼੍ਰੀ ਅਕਾਲ ਜੀ, ਆ ਵੇਖੋ ਆ ਵੇਖੋ, ਮੇਰੀ ਜਾਨ ਨੂੰ ਜੱਬ ਪਿਆ। ਇਹ ਕੌਣ ਹੈ ਬੰਦਾ? ਆ ਆਹਾ, ਇਹਨੂੰ ਜੱਬ ਕਹਿੰਦੇ ਹੁੰਦੇ ਨੇ, ਆ ਨਾ ਅੱਜ ਘਰ ਵਾਲਾ ਹੈ, ਘਰ ਵਾਲਾ। ਤੁਸੀਂ ਵਿਆਹ ਕਰ ਲਿਆ? ਹਾਂਜੀ, ਤੁਸੀਂ ਵਿਆਹ ਕਰ ਲਿਆ? ਹੋਰ ਕੀ, ਆ ਵੇਖੋ ਇਹਨੇ ਮੈਨੂੰ ਭੁੱਖੀ ਪਾਣੀ ਰੱਖਿਆ, ਕਹਿੰਦੇ ਜਦੋਂ ਚੰਨ ਚੜੂਗਾ ਮੇਰੇ ਪੈਰ ਛੂ ਕੇ
ਵਿਆਹ ਜਿਹਾ ਕੀਤਾ ਹੈਗਾ ਫਿਰ ਤਾਂ ਛੂਹਣੇ ਪੈਣੇ ਪੈਰ ਤਾਂ ਹੈ ਛੂਹਣੇ ਪੈਣੇ ਪਰ ਇਹਨੂੰ ਕਹੋ ਤਾਂ ਸਹੀ ਇਹਨੂੰ ਕਹੋ ਕੋਈ ਕੀ ਗਿਫਟ ਲੈ ਕੇ ਦੇਵੇ ਓ ਭਾਈ ਗਿਫਟ ਲੈ ਕੇ ਦੇਵੇ ਹਾਂ ਦੇਖ ਕਰ ਗੱਲ ਕਰ ਗੱਲ ਲੈ ਦੂੰਗਾ ਯਾਰ ਮੇਰਾ ਗਿਫਟ ਆਈ ਹੈ ਨਹੀਂ ਆਪ ਇਹ ਇੰਨੀ ਇੰਨੀ ਜਿੰਨੀ ਜੁਕਰੀ ਗੱਡੀ ਮੰਗ ਜਾ ਗੱਡੀ ਵਾਲੀ ਹੈਗੀ ਹੈ ਇੱਕ ਮਿੰਟ ਹਲੇ ਤੱਕ ਨਾ ਮੈਂ ਵਰਤ ਖੋਲਿਆ ਨੀ ਇਹਨੂੰ ਤੁਸੀਂ ਦੱਸ ਦੋ ਕਿ ਜੇ ਇਹਨੂੰ ਗਿਫਟ ਨਾ ਲੱਗਦੇ ਤਾਂ ਮੈਂ ਪਾਣੀ ਦਾ ਗਲਾਸ ਪੀ ਜੂ ਪਾਣੀ ਨਾ ਪੀ 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 ਕੀ ਕਿ ਨਾ ਕਰੀ ਪਾਣੀ ਪੂਣੀ ਨਾ ਪੀ ਭਾਈ ਮੈਂ ਕਿਉਂ ਨਾ ਪਾਣੀ ਪੀ ਆਏ ਮੈਨੂੰ ਗਿਫਟ ਨਹੀਂ ਲੈ ਕੇ ਦਿੰਦਾ ਪਿਆ ਤੁਸੀਂ ਇਹਦੀ ਮੰਨੀ ਜਾਂਦੇ ਮੇਰੇ ਵੱਲ ਕਿਸੇ ਦਾ ਧਿਆਨ ਨਹੀਂ ਸਵੇਰ ਤੇ ਮੈਂ ਭੁੱਖੀ ਬਾਣੀ ਬੈਠੀ ਆ ਕੋਈ ਗੱਲ ਨਹੀਂ ਦੇ ਦੂਗਾ ਗਿਫਟ ਦੇ ਦੂਗਾ ਉਹ ਨਹੀਂ ਕੋਈ ਗੱਲ ਨਹੀਂ ਦੇ ਦੂਗਾ 18 ਟੈਰਾ ਟਰਾਲਾ ਲੈ ਕੇ ਦੂੰ ਤੈਨੂੰ ਤੂੰ ਲੈ ਕੇ ਦੇਗਾ ਤੁਸੀਂ ਆਪਦੀ ਘਰ ਵਾਲੀ ਲਈ ਵਰਤ ਰੱਖਿਆ ਸੀ ਜਾਂ ਉਹਨੇ ਰੱਖਿਆ ਸੀ ਤੁਹਾਡੇ ਲਈ ਜੀ ਹਾਲੇ ਤਾਂ ਮੇਰਾ ਵਿਆਹ ਹੀ ਨਹੀਂ ਹੋਇਆ ਓਏ ਓਏ ਤਾਂ ਹੀ ਉਹ ਵਿਚਾਰੇ ਨੇ ਬਚ ਗਿਆ ਭਰਾਵਾ ਬਚ ਗਿਆ ਓਏ ਆਪ ਤੈਨੂੰ ਦੱਸਦੀ ਮੈਂ ਤੈਨੂੰ ਬਚ ਗਿਆ ਬਚ ਗਿਆ ਬਚ ਗਿਆ ਪਤਾ ਕਿੰਨਾ ਉਡੀਕਦੇ ਹੋਣੇ ਉਹਨਾਂ ਵਾਸਤੇ ਵੀ ਕਿਸੇ ਨੇ ਰੱਖਿਆ ਹੀ ਹੋਣਾ ਉਹਨਾਂ ਨੇ ਸਾਨੂੰ ਦੱਸਣਾ ਨਹੀਂ ਗੱਲ ਹੋਰ ਹੈ ਨਾ ਹਾਂਜੀ ਹਾਂਜੀ ਚੰਗਾ ਜੀ ਸਤਿ ਸ਼੍ਰੀ ਅਕਾਲ ਅਗਲਾ ਫੋਨ ਆਇਆ ਪਿਆ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਭੈਣ ਸਤਿ ਸ਼੍ਰੀ ਅਕਾਲ ਗਿਲਾਂਟੀ ਆਈ ਗਿਲਾਂਟੀ ਗਿਲਾਂਟੀ ਮੇਰੇ ਪੇਟ ਤੇ ਚੂਹਿਆਂ ਨੇ ਮਰਡਰ ਸੁਸਾਈਡ ਸਾਰਾ ਕੁਝ ਹੋਇਆ ਪਿਆ ਮੈਨੂੰ ਕੁਝ ਖਾਣ ਪੀਣ ਨਹੀਂ ਦਿੰਦਾ ਪਿਆ ਮੈਂ ਪਾਣੀ ਪੀਉਂ ਜੇ ਮੈਨੂੰ ਗਿਫਟ ਲੈ ਕੇ ਦਿਓ ਨਾ ਪਲੀਜ਼ ਗਲਾਬੋ ਗਲਾਬੋ ਹਾਂਜੀ ਮੈਂ ਤੈਨੂੰ ਪਤਾ ਕੀ ਕਹਿਣਾ ਹਾਂਜੀ ਜੇ ਤੂੰ ਕਰਵਾ ਚਾਹੋ ਤਾਂ ਵਰਤ ਰੱਖਿਆ ਹਾਂਜੀ ਤੇ ਆਪਣੇ ਪਤੀ ਵਾਸਤੇ ਸੁਖ ਸ਼ਾਂਤੀ ਵਾਸਤੇ ਜ਼ਿੰਦਗੀ ਵਾਸਤੇ ਤੁਹਾਡੀ ਦੋਨੋਂ ਦੀ ਬੜੀ ਖੁਸ਼ੀ ਵਾਸਤੇ ਰੱਖਿਆ ਫਿਰ ਤੂੰ ਲੜਾਈ ਕਿਉਂ ਕਰਦੀ ਪਈ ਮੈਂ ਕੱਲੀ ਲੜਾਈ ਕੁਛ ਮੈਂ ਨਹੀਂ ਮੇਰੀ ਗੱਲ ਸੁਣੋ ਮੇਰਾ ਵਰਤ ਖਲਾਣ ਤੋਂ ਪਹਿਲਾਂ ਪਿੰਡ 'ਚ ਪਤਾ ਨਹੀਂ ਕਿਹਦਾ ਕਿਹਦਾ ਵਰਤ ਖਲਾ ਕੇ ਆਇਆ ਕਿਉਂ ਨਾ ਕਲੇਸ਼ ਕਰਾਂਗੇ ਲਾਟੀ ਨਹੀਂ ਕਹਿਣਾ ਇਦਾਂ ਨਹੀਂ ਕਹਿਣਾ ਤੂੰ ਆਪਣਾ ਵਰਤ ਖੋਲ ਅਜੇ ਚੰਦ ਨਹੀਂ ਚੜਿਆ ਚੰਦ ਨੂੰ ਦੇਖੇਂਗੀ ਤੇ ਫਿਰ ਕੁਝ ਖਾਏਂਗੀ ਤੁਹਾਨੂੰ ਮੈਂ ਕਿਆ ਦੱਸਾਂ ਘਬਰਾਟ ਨਾ ਕਰ ਉੱਥੇ ਨਹੀਂ ਚੜਿਆ ਪਾਣੀ ਨਾ ਪੀਵੀਂ ਅਜੇ ਚੰਦ ਨਹੀਂ ਚੜਿਆ ਉੱਥੇ ਨਹੀਂ ਚੜਿਆ ਤੇਰਾ ਵਰਤ ਖੰਡਨ ਹੋ ਜਾਏਗਾ ਇੱਕ ਮੇਰੀ ਗੱਲ ਸੁਣੋ ਉੱਥੇ ਚੰਦ ਨਹੀਂ ਚੜਿਆ ਆ ਆਪਣਾ ਚੰਨ ਦਿਖਾਇਓ ਭਾਈ ਆ ਸਾਡੇ ਵਾਲਾ ਚੰਨ ਦਿਖਾਇਓ ਆ ਵੇਖੋ ਇੱਥੇ ਚੰਨ ਚੜਿਆ ਨੂੰ ਵੇਖ ਕੇ ਖੋਲ ਲਓ ਆਪਣਾ ਵਰਤ ਕੁਛ ਨੀ ਹੁੰਦਾ ਕੋਈ ਨੀ ਕਹਿ ਕੇ ਐਵੇਂ ਹੀ ਬਸ ਗੱਲ ਬਣਾਈ ਜਾਨੀ ਨਹੀਂ ਕੋਈ ਵੀ ਨੀ ਕੁਛ ਵੀ ਨੀ ਗਿੱਲ ਆਂਟੀ ਅੱਖਾਂ ਤੋਂ ਪਰਦਾ ਉਤਾਰ ਦੋ ਤੁਹਾਨੂੰ ਮੈਨੂੰ ਲੱਗਦਾ ਭੁੱਖ ਦਿਮਾਗ ਤੇ ਚੜ ਗਈ ਆਹੋ ਅਗਲਾ ਫੋਨ ਆ ਗਿਆ ਅਗਲਾ ਫੋਨ ਆ ਗਿਆ ਗਿੱਲ ਆਂਟੀ ਜੀ ਮੈਂ ਜਰਾ ਉਹਨਾਂ ਨਾਲ ਵੀ ਗੱਲ ਕਰ ਲਾ ਸੁਣਾ ਉਹ ਵੀ ਕੀ ਕਹਿੰਦੇ ਨੇ ਮੈਨੂੰ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ ਕੌਣ ਬੋਲਦੇ ਜੀ ਮੁਲਤਾਨੀ ਸਾਹਿਬ ਤੇ ਨਹੀਂ ਬੋਲਦੇ ਪਤਾ ਨਹੀਂ ਕੌਣ ਬੋਲ ਰਹੇ ਹੋਰ ਸੁਣਾਓ ਕੀ ਹਾਲ ਹੈ ਤੁਹਾਡਾ ਹਾਲ ਤੇ ਠੀਕ ਹੈ ਮੈਨੂੰ ਤੁਹਾਡਾ ਹਾਲ ਮਾੜਾ ਲੱਗਦਾ ਵਾ ਤੁਸੀਂ ਲੜਾਈ ਪਾਈ ਘਰ 'ਚ ਕੀ ਦੱਸਾਂ ਜੀ ਵਰਤ ਦੇ ਨੂੰ ਕੁਛ ਲੈ ਕੇ ਨਹੀਂ ਦਿੱਤਾ ਆ ਸੂਟ ਨਹੀਂ ਮੇਰੇ ਪੇਕਿਆ ਵੱਲਦਾ ਹੈ ਤੁਹਾਡੇ ਵਾਸਤੇ ਉਹਨਾਂ ਨੇ ਵਰਤ ਰੱਖਿਆ ਰੱਖਿਆ ਲੈ ਕੇ ਤੁਹਾਨੂੰ ਕੀ ਦੇਵੇ ਤੁਸੀਂ ਉਹਨੂੰ ਖਾਲੀ ਮੰਜੀ ਤੇ ਬਿਠਾਇਆ ਓਦਾਂ ਹੀ ਕੋਈ ਚਾਦਰ ਨਹੀਂ ਸੱਟੀ ਕੁਛ ਨਹੀਂ ਸੱਟੀ ਇੱਕ ਮਿੰਟ ਮੇਰੀ ਗੱਲ ਸੁਣੋ ਇਹਦੀ ਸੇਵਾ ਮੈਂ ਬਹੁਤ ਕਰਦੀ ਹੁੰਨੀ ਆ ਹੈ ਨਾ ਮੈਂ ਤੇਰੀ ਸੇਵਾ ਬਹੁਤ ਕਰਦੀ ਹੁੰਨੀ ਆ ਨਰੂਪ ਹੈਲੋ ਹਾਂਜੀ ਹਾਂਜੀ ਇੱਕ ਮਿੰਟ ਮੇਰੀ ਗੱਲ ਸੁਣੋ ਮੈਂ ਇਹਦੀ ਸੇਵਾ ਬਹੁਤ ਕੀਤੀ ਹੈ ਇਹ ਹੀ ਮੇਰੀ ਸੇਵਾ ਨਹੀਂ ਕਰਦੇ ਨਾ 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 ਮੈਨੂੰ ਤਾਂ ਲੱਗਦਾ ਉਹ ਤੇਰੀ ਸੇਵਾ ਜ਼ਿਆਦਾ ਕਰ ਰਿਹਾ ਤੂੰ ਵਿਚਾਰੇ ਨੂੰ ਪੁੱਛਦੀ ਨਹੀਂ ਹੁਣ ਖਰੇ ਖਾਣ ਨੂੰ ਉਹ ਮੇਰੇ ਕਰਕੇ ਦਿੱਤਾ ਖਾਣ ਨੂੰ ਤੂੰ ਮੁਲਤਾਨੀ ਸਾਹਿਬ ਇਹਨਾਂ ਤੁਹਾਨੂੰ ਪਿਆਰ ਨਾਲ ਬੋਲਦੀ ਮੈਨੂੰ ਨਹੀਂ ਬੋਲਦੀ ਇਹਨਾਂ ਬੋਲਦੀ ਵੇ ਘੱਟ ਕਲੇਸ਼ ਕਰਨ ਹੋਵੇ ਅੱਛਾ ਘੱਟ ਕਲੇਸ਼ ਕਰਨ ਹੋਵੇ ਮੈਂ ਕਿਹਾ ਤਾਂ ਉਹਨੂੰ ਦਿੱਤਾ ਖਾਣ ਨੂੰ ਹਾਂ ਨਾ ਮੇਰੀ ਇੱਕ ਗੱਲ ਸੁਣੋ ਤੁਸੀਂ ਪਤਾ ਕੀ ਹੈ ਮੈਨੂੰ ਤਾਂ ਲੱਗਦਾ ਅੱਜ ਨਾ ਸਾਰੇ ਘਰ ਵਾਲੇ ਜਿਹੜੇ ਮੈਜੋਰਟੀ ਦੇ ਵਿੱਚ ਇਕੱਠੇ ਹੋਏ ਪਏ ਆ ਸਾਰੇ ਇੱਕ ਦੂਜੇ ਦੇ ਸਾਥ ਦੇ ਜਾਂਦੇ ਨੇ ਵਿਚਾਰੀਆਂ ਭੁੱਖੀਆਂ ਬਾਣੀਆਂ ਨੂੰ ਕੋਈ ਪੁੱਛਦਾ ਹੀ ਹੈ ਨਹੀਂ ਆਪ ਡੱਫੇ ਜਾਂਦੇ ਮੈਨੂੰ ਵੀ ਪਾਣੀ ਪੀਣ ਦੇ ਨਹੀਂ ਤੇ ਜੇ ਤੂੰ ਭੁੱਖੀ ਹੋ ਤੂੰ ਇੰਨੀ ਬੋਲੇ ਕਿਉਂ ਤੂੰ ਬੋਲਦੀ ਬਹੁਤ ਆ ਸੁਣ ਲੈ ਇੱਕ ਮਿੰਟ ਮੈਂ ਅੰਦਰ ਵੜ ਕੇ ਬਹੁਤ ਕੁਝ ਖਾ ਲਿਆ ਇਹਨੂੰ ਕੁਝ ਨਹੀਂ ਪਤਾ ਚੁੱਪ ਮੈਂ ਅੰਦਰ ਬਹਿ ਕੇ ਖਾ ਲਿਆ ਸੀ ਚੁੱਪ ਕਰ ਜਿਓ ਮੁਲਤਾਨੀ ਸਾਹਿਬ ਅੰਦਰ ਦੀ ਘਰ ਦੀ ਗੱਲ ਆ ਘਰ 'ਚ ਰਹਿਣ ਦੋ ਇਹਨੂੰ ਉੱਚਾ ਬੋਲ ਮੈਂ ਸੁਣਨਾ ਪਿਆ ਤੇਰੀ ਗੱਲ ਅੰਦਰ ਵੜ ਕੇ ਖਾ ਲਿਆ ਕਹਿੰਦੀ ਹੈ ਚੁੱਪ ਜਿਓ ਇਹ ਮੁਲਤਾਨੀ ਸਾਹਿਬ ਦਾ ਫੋਨ ਕੱਟੋ ਛੇਤੀ ਫੋਨ ਕੱਟੋ ਮੁਲਤਾਨੀ ਸਾਹਿਬ ਦਾ ਘਰ 'ਚ ਪਸੂੜੀ ਪਵਾਣਗੇ ਅਗਲਾ ਫੋਨ ਸੁਣਾ ਹੈਲੋ 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 ਸਤਿ ਸ਼੍ਰੀ ਅਕਾਲ ਹਾਏ ਭੈਣ ਕੀ ਹਾਲ ਆ ਸਤਿ ਸ਼੍ਰੀ ਅਕਾਲ ਬੱਬੂ ਜੀ
ਇਹਦੇ ਵੇਖੋ ਅੱਗ ਲੱਗੀ ਹੈ। ਜਦੋਂ ਬੰਦੇ ਦਾ ਫੋਨ ਆ ਇੱਕ ਵਾਰੀ ਇਹਦੇ ਮੂੰਹ ਤੋਂ ਸਤਿ ਸ੍ਰੀ ਅਕਾਲ ਨਹੀਂ ਨਿਕਲਦੀ, ਕੁੜੀ ਦੀ ਆਵਾਜ਼ ਸੁਣਦੀ ਸਾਰੀ ਚਿੜੀ ਚੁੱਕੀ ਜੀ ਚਿੱਚੀ ਕਾਲ ਚਿੱਚੀ ਕਾਲ ਕੱਲ ਗੱਲ ਪ੍ਰਾਹੁਣੇ ਪ੍ਰਾਹੁਣੇ ਆ। ਸਤਿ ਸ੍ਰੀ ਅਕਾਲ ਜੀ। ਕੀ ਹਾਲ ਆ? ਵਧੀਆ, ਬਹੁਤ ਵਧੀਆ ਜੀ। ਨਹੀਂ ਵਧੀਆ ਤੇ ਹੈ। 365 ਦਿਨਾਂ ਦੇ ਵਿੱਚ ਕਿੰਨੀ ਵਾਰ ਲੜਦਾ ਸੀ ਗੁਲਾਬੋ ਦੇ ਨਾਲ? ਅੱਜ ਦੇਖ ਲਓ, ਅੱਜ ਇੱਕ ਦਿਨ ਲੜ ਕੇ ਅੱਜ ਕੀ ਕੀ ਬਣੀ ਗਈ ਸੀ। ਇਹ ਬਾਅਦ ਚ ਖਾਏ ਪਤਾ ਮਨੇ। 365 ਦਿਨਾਂ ਦੇ ਵਿੱਚ ਕਿੰਨੀ ਵਾਰ ਤੂੰ ਲੜਿਆ ਸੀ ਇਹਦੇ ਨਾਲ? ਹਰ ਰੋਜ਼ ਹੀ। ਲੋਕਾਂ ਦੇ 2-3 ਸ਼ੋਅ ਹੁੰਦੇ ਨੇ, 4-5 ਚੱਲਦੇ ਨੇ। ਇਹ ਵਧੀਆ। ਇਹ ਤਾਂ ਫਿਰ ਅੱਜ ਦਾ ਦਿਨ ਤਾਂ ਤੂੰ ਇਹਨਾਂ ਸ਼ਾਂਤੀ ਚ ਰਹਿ ਨਾ। ਇਹ ਨਹੀਂ ਰੱਖਦੀ ਨਾ, ਇਹ ਜੇ ਰੱਖੇ ਤਾਂ ਹੀ ਹੈ ਨਾ। ਸਾਰੇ ਇਲਜ਼ਾਮ ਮੁਝ ਵਿਚਾਰੀ ਦੇ ਉੱਤੇ। ਨਹੀਂ, ਅਗਲੀ ਨੇ ਤੇ ਅੱਜ ਵੇਖ, ਸਾਲ ਮਗਰੋਂ ਇੱਕ ਦਿਨ ਆਉਂਦਾ ਵਾ ਜਿਉਂ ਸਵੇਰ ਤੋਂ ਭੁੱਖਾਂ ਭਾਣੀਆਂ 4 ਵਜੇ ਉੱਠ ਕੇ ਸਰਗੀ ਖਾਂਦੀਆਂ ਨੇ। ਹੋਰ ਕੀ ਹੈ ਇਹਨਾਂ ਦੇ ਉੱਤੇ, ਕਿਸੇ ਨੂੰ ਤਰਸ ਨਹੀਂ ਆਉਂਦਾ। ਤੇਰੀ ਲੰਮੀ ਉਮਰ ਵਿਚਾਰੀ ਨੇ ਵਰਤ ਰੱਖਿਆ ਤੇ ਤੂੰ ਅੱਜ ਮੈਂ ਸਵੇਰੇ ਵੇਖਿਆ ਸੁਖਨਾ ਝੀਲ ਤੇ ਹੋਰ ਨਾ ਬੀਬੀਆਂ ਦੇ ਵਰਤ ਖਲਾਉਂਦਾ ਫਿਰਦਾ ਸੀ। ਗੰਜ ਚ ਮਾਰਨੀ ਸੀ, ਬਾਂਹ ਤੂੰ ਤੋੜ ਦੇਣੀਆਂ ਸੀ। ਆਹ ਵੇਖ ਆਹ ਇਹਨੂੰ ਕਹਿੰਦੇ ਆ, ਇਹਨੂੰ ਕਹਿੰਦੇ ਚੰਗੇ ਵਾਲੇ। ਕੋਈ ਗੱਲ ਨੀ, ਚੰਗਾ ਤੂੰ ਸਿਸਟਮ ਬੜੀ। ਤੂੰ ਤਾਂ ਇਹੀ ਚਾਹੁੰਦਾ ਸੀ ਕਿ ਮੈਂ ਵੀ ਨਾ ਰੱਖਾਂ ਤੇ ਖਰਚਾ ਨਾ ਹੋਵੇ। ਖਰਚਾ ਤੇ ਇਹਨੇ ਫੇਰ ਵੀ ਨਾ ਕੀਤਾ। ਖਾਣ ਪੀਣ ਨੂੰ ਬਣਾ ਕੇ ਦਿੱਤਾ ਇਹਨੂੰ ਜਿਹੜਾ ਰਾਤ ਨੂੰ ਖਾਣਾ ਇਹਨੇ? ਆਹੋ ਹਾਂ, ਵੱਡਾ ਲੱਗਾ ਤੇ ਸੋਹ ਲਿਆ ਕੇ ਦਿੱਤਾ। ਆਹ ਵੇਖੋ ਛਾਨਣੀ ਚੰਗੀ ਤਰ੍ਹਾਂ ਗੁਲਾਬਾ। ਹਾਂਜੀ, ਇਹਦਾ ਛਾਨਣੀ ਚ ਚੰਗੀ ਤਰ੍ਹਾਂ ਮੂੰਹ ਦੇਖੀ ਵੀ ਕਿੱਦਾਂ ਦਾ ਲੱਗਦਾ। ਚੰਗਾ ਜੀ, ਮੈਂ ਨਾ ਤੁਹਾਡੇ ਨਾਲ ਜਿਹੜਾ ਬਾਅਦ ਚ ਗੱਲ ਕਰਦੀ। ਕਿਆ ਕਹਿੰਦੇ ਵੀਰੇ ਤੂੰ? ਫੇਰ ਬੋਲਣੀ? ਇੱਕ ਤੇਰਾ ਹੋਰ ਭਾਈ ਆਇਆ ਪਿਆ, ਰਿਸ਼ਤੇਦਾਰ ਬਾਹਰ ਫੜਿਆ। ਹਾਂਜੀ, ਚਲੇ ਹੈਲੋ ਦਾ ਲੱਗਦਾ। ਮੇਰੀ ਗੱਲ ਸੁਣ, ਮੇਰੇ ਤਾਂ ਦਿਲ ਕਰਦਾ ਪਿਆ ਜਿਸ ਹਿਸਾਬ ਨਾਲ ਤੂੰ ਮੈਨੂੰ ਸਵੇਰ ਦਾ ਭੁੱਖਾ ਰੱਖਿਆ, ਮੈਂ ਆਹ ਨਾਰੀਅਲ ਚੁੱਕ ਕੇ ਤੇਰਾ ਸਿਰ ਫੋੜਦਾ। ਤੁਸੀਂ ਲੈ ਲਓ ਬ੍ਰੇਕ। ਹਾਂ ਹੈਲੋ, ਮੈਨੂੰ ਦੇਖ ਕੇ ਵਰਤ ਖੋਲੇਂਗੀ? ਆਊਂਗਾ, ਬੇਹੋਸ਼ ਹੋਈ ਪਈ ਹੈ। ਇਹਦਾ ਵਰਤ ਤਾਂ ਮੈਂ ਉਦੋਂ ਖਲਾਉਂਗਾ ਜਦੋਂ ਅਮਰੀਕਾ ਚੰਨ ਚੜ ਗਿਆ। ਹਾਂ ਆਹੋ 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 ਆ ਗਿਆ। ਹੈਲੋ, ਬਸ ਇਹ ਤਾਂ ਮੈਨੂੰ ਸ਼ਾਇਦ ਹੋਸ਼ ਚ ਆਵੇ। ਮੈਂ ਤਾਂ ਭੂਆ ਨੂੰ ਫੋਨ ਕਰਕੇ ਆਣਿਆ, ਭੂਆ ਨੂੰ ਫੋਨ ਕਰਿਆ। ਡੁੱਲ ਗਿਆ ਪਾਣੀ, ਨਿਸ਼ਾਗਨ ਹੋ ਗਿਆ, ਨਿਸ਼ਾਗਨ ਹੋ ਗਿਆ। ਮੈਨੂੰ ਤੁਹਾਡੀਆਂ ਗੱਲਾਂ ਨਹੀਂ ਸਮਝ ਆ ਰਹੀਆਂ। ਨਹੀਂ ਆਲੂ ਵਾਲੀਆ ਸਾਹਿਬ, ਮੈਨੂੰ ਤਾਂ ਆਪ ਨਹੀਂ ਸਮਝ ਆਉਂਦੀ ਪਈ। ਵਰਤ ਮੇਰੇ ਤੋਂ ਖਲਾਉਂਦਾ ਪਿਆ, ਬੁੱਗੇ ਬੁੱਗੇ ਕਿਸੇ ਹੋਰ ਨੂੰ ਕਰਦਾ ਪਿਆ। ਨਹੀਂ, ਵਰਤ ਤੁਸੀਂ ਰੱਖਦੇ ਹੋ ਪਿਓ, ਉਹ ਸੇਬ ਤੇ ਕੇਲੇ ਖਾਈ ਜਾਂਦਾ। ਆਹੋ, ਪੁੱਛੋ ਇਹਨੂੰ ਨੈਸ ਜਿਹੇ ਨੂੰ, ਨਕਲੀ ਜਿਹਾ ਚੰਨ ਚਾੜ ਕੇ ਇੱਥੇ ਰੱਖਿਆ ਹੋਇਆ। ਨਾਲੇ ਤੁਸੀਂ ਆਦਮੀ ਦੀ ਉਮਰ ਲੰਬੀ ਕਿਉਂ ਮੰਗਦੇ ਹੋ? ਉਹਦੀ ਤਾਂ ਵਾਹਿਗੁਰੂ ਨੇ ਜਿੰਨੀ ਲਿਖੀ ਹੈ ਉਨੀ ਹੈ, ਨਾ ਘੱਟ ਇੱਕ ਦਿਨ ਨਾ ਬਹੁਤੀ ਇੱਕ ਦਿਨ। ਬਿਲਕੁਲ, ਮੈਂ ਕਿਹੜਾ ਇਹਦੀ ਲੰਬੀ ਉਮਰ, ਮੈਂ ਤਾਂ ਇਸ ਕਰਕੇ ਵਰਤ ਰੱਖਿਆ ਕਿ ਤੇ ਅਗਲੇ ਜਨਮ 'ਚ ਫੇਰ ਨਾ ਫਾਹਾ ਮੇਰੇ ਗੱਲ ਪੈ ਜੇ। ਬਲਕਿ ਉਹਨੂੰ ਕਹੋ ਤੂੰ ਖਾ ਲਿਆ, ਹੁਣ ਤੂੰ ਮੇਰੇ ਲਈ ਵਰਤ ਰੱਖ। ਇਹ ਵਰਤ ਰੱਖੇ, ਇਹ ਤੇ ਭੁੱਖਾ, ਏਡਾ ਭੁੱਖਾ, ਮੈਂ ਤੁਹਾਨੂੰ ਕਿੰਨਾ ਦੱਸਾਂ ਕਿੱਦਾਂ ਭੁੱਖਾ ਇਹ। ਚੱਲ ਚੱਲ। ਅੱਛਾ, ਦੂਜੀ ਗੱਲ ਮੈਨੂੰ ਸਮਝ ਆ ਨਹੀਂ ਆਈ। ਹਾਂਜੀ, ਕਿ ਲੋਕੀ ਕਹਿੰਦੇ ਕਿ ਤੁਸੀਂ ਹਰ ਵੇਲੇ 24 ਘੰਟੇ ਰੱਬ ਨੂੰ ਯਾਦ ਰੱਖੋ। ਹਾਂਜੀ, ਤੇ ਜੇ ਰੱਬ ਨੇ ਤੁਹਾਨੂੰ ਯਾਦ ਕਰ ਲਿਆ ਫੇਰ? ਇਹਨੂੰ ਤਾਂ ਕਰ ਲਿਆ ਸੀ ਹੁਣ 2 ਮਿੰਟ ਚ ਪਹਿਲਾਂ। ਅੱਛਾ,
ਦੇਖਿਓ ਇਹ ਕਿੰਨੀ ਖੁਸ਼ੀਆਂ ਮਨਾਉਂਦਾ ਪਿਆ ਵੀ ਰੱਬ ਮੈਨੂੰ ਛੇਤੀ ਯਾਦ ਕਰ ਲਏ, ਇਹੋ ਜਿਹਾ ਗੰਦਾ ਆਦਮੀ ਕਿਸੇ ਦੇ ਪੱਲੇ ਨਾ ਪਵੇ। ਦੇਖੋ ਉਹ ਖੁਸ਼ੀ ਹੋਊਗਾ ਕਿ ਤੁਹਾਨੂੰ ਯਾਦ ਕਰ ਲਏ, ਇਹ ਤਾਂ ਕੋਈ ਗੱਲ ਨਾ ਨਾ ਫਿਰ ਵਰਤ ਰੱਖਣ ਦੀ। ਮੈਂ ਤੁਹਾਨੂੰ ਕੀ ਦੱਸਾਂ, ਮੈਂ ਤਾਂ ਸੱਚੀ ਇਸ ਕਰਕੇ ਵਰਤ ਰੱਖਿਆ ਕਿ ਅਗਲੇ ਜਨਮ ਆਪ ਆ ਮੇਰੇ ਗੱਲ ਨਾ ਪੈ ਜੇ, ਫਿਰ ਇਹ ਭਸੂੜੀ ਨਾ ਮੇਰੇ ਗੱਲ ਪੈ ਜੇ। ਤੂੰ ਜਿਹੜੀ ਮੇਰੀ ਜ਼ਿੰਦਗੀ 'ਚ ਨਹੀਂ ਨਹੀਂ ਤੁਸੀਂ ਆਪਣਾ ਵਰਤ ਛੱਤੀ ਛੱਤੀ ਤੋੜੋ ਤੇ ਉਹਦੀ ਫਿਕਰ ਨਾ ਕਰੋ ਤੁਸੀਂ। ਆਲੂ ਵਾਲੀਆ ਸਾਹਿਬ ਨੇ ਕਹਿਤਾ ਹੁਣ ਮੈਂ ਵਰਤ ਤੋੜੂ, ਹੁਣ ਦੇਖ ਤੇਰੀ ਉਮਰ ਦਾ ਕੀ ਬਣਦਾ। ਹੁਣ ਰੁਕ, ਮੇਰੀ ਗੱਲ ਤਾਂ ਸੁਣੋ ਨਾ, ਕਾਹਦੇ ਵਾਸਤੇ ਖਾਈਆਂ ਨੇ ਤੂੰ, ਹਜੇ ਰਹਿਣ ਦੇ ਨਾ ਜੇ ਚੰਦ ਨਹੀਂ ਚੜਿਆ। ਚਲੋ ਆਲੂ ਵਾਲੀਆ ਸਾਹਿਬ ਜਰਾ ਨਾ, ਅਗਲਾ ਫੋਨ ਆ ਗਿਆ, ਮੈਂ ਦੇਖਦੀ ਹਾਂ ਉਹਨਾਂ ਨੇ ਕੀ ਚੰਦ ਚਾੜਿਆ। ਉਹ ਮੇਰਾ ਮਤਲਬ ਜੋ ਵੀ ਕਹਿ ਹੋ ਗਿਆ ਕਹਿ ਹੋ ਗਿਆ। ਹੈਲੋ ਚੜਿਆ ਆ ਪਿੰਡ ਚ ਚੰਨ ਚਾੜ ਕੇ ਆ ਗਿਆ, ਨਕਲੀ ਚੰਨ ਚੁੱਕ ਕੇ ਇੱਥੇ ਲਟਕਾ ਦਿੱਤਾ ਮੈਨੂੰ, ਕਹਿੰਦੇ ਜਦੋਂ ਅਮਰੀਕਾ ਕੈਨੇਡਾ ਚੰਨ ਚੜੂਗਾ ਉਦੋਂ ਖਾਈ ਹਾਏ ਮਰ ਜਾਣੇ, ਰਹਿਣ ਦੇ ਮੇਰੇ ਖਾਣ ਨੂੰ ਕੁਛ, ਕੀ ਕਰਾਂ ਮੈਂ। ਭਾਜੀ ਦੀ ਸਪੋਰਟ ਕਰਦੇ, ਕੋਈ ਗੱਲ ਨੀ ਰੱਖੋ ਤੁਸੀਂ ਫੋਨ, ਮੈਂ ਹੁਣੇ ਕਰਦੀ ਆ ਭਰਜਾਈ ਨੂੰ ਫੋਨ, ਫੇਰ ਵੱਡਾ ਲੱਗਾ ਤੂੰ ਇੱਥੇ। ਹੈਲੋ ਭੁੱਖੀ ਬੈਠੀ ਆ ਇੱਥੇ। ਮੈਂ ਕੁਛ ਕਹਿਣਾ ਚਾਹੁੰਦਾ ਤੁਹਾਨੂੰ। ਹਾਂਜੀ ਕਹੋ ਜੀ। ਇੱਕ ਕਵਿਤਾ ਲਿਖੀ ਮੈਂ, ਉਹਦੇ ਚ ਇੱਕ ਗੱਲ ਹੈਗੀ, ਇੱਕ ਫਿਕਰਾ ਹੈਗਾ ਜਿਹੜਾ ਕਰਵਾ ਚੌਥ ਬਾਰੇ ਆ। ਹਾਂਜੀ ਜ਼ਰੂਰ ਜ਼ਰੂਰ। ਉਹ ਕਹਿੰਦੇ ਭੁੱਲ ਭੁਲਾਈਆਂ ਜਨਤਾ ਪੈ ਗਈ, ਭੁੱਲ ਭੁਲਾਈਆਂ ਜਨਤਾ ਪੈ ਗਈ, ਰਸਤਾ ਨਜ਼ਰ ਨਾ ਆਵੇ, ਦੁਨੀਆਂ ਕਿੱਧਰ ਨੂੰ ਜਾਵੇ, ਪਤੀ ਦੀ ਮੌਤ ਬਣੀ ਰੱਬ ਦੀ ਸੌਤ, ਝੂਠੀ ਲੱਗੇ ਨਾ ਕਹਾਵਤ, ਰੰਡੀ ਖੇੜੀ ਜਾਓ ਸ਼ੌਪ। ਦੇਖੋ ਕੈਸੀ ਇਹ ਮਨੌਤ, ਬਿੰਦਰ ਦਿਲਾਂ ਨੂੰ ਪਾਵੇ, ਦੁਨੀਆਂ ਕਿੱਧਰ ਨੂੰ ਜਾਵੇ, ਦੁਨੀਆਂ ਕਿੱਧਰ ਨੂੰ ਜਾਵੇ। ਵਾਹ ਵਾਹ ਵਾਹ, ਕੀ ਬਾਤ ਹੈ। ਸਿੱਖ ਕੁਛ ਉਹ ਸਿੱਖ, ਉਹਦੀ ਉਮਰ ਕਿੰਨੀ ਲੰਮੀ ਹੈ ਬਾਬੇ ਦੀ, ਉਹਦੀ ਉਹਦਾ ਵਰਤ ਰੱਖਿਆ ਉਹਦੇ ਘਰ ਵਾਲੀ ਨੇ ਸਾਰੀ ਜ਼ਿੰਦਗੀ। ਆਹੋ ਰੱਖਿਆ ਵਰਤ, ਇੱਕ ਇਹ ਤੂੰ ਮੇਰਾ ਵਰਤ ਹੋਰ ਕਹਿ ਦਿਆ। ਬਸ ਜੀ ਮੈਂ ਨਾ ਤੁਹਾਨੂੰ ਗੱਲ ਕਰਦੀ ਹਾਂ, ਐਕਚੁਅਲੀ ਦਰਅਸਲ ਕੀ ਹੈ ਕਿ ਨਾ ਹੁਣ ਇੱਕ ਅਗਲਾ ਫੋਨ, ਇਹ ਜਿਹੜੀ ਹੈ ਇੱਕ ਹਾਵਤੀ ਹੈ, ਇਹਦਾ ਕੁਝ ਨਹੀਂ ਹੋਣਾ। ਹਾਂਜੀ ਤੁਸੀਂ ਕਹੋ ਤੇਰਾ ਮੂੰਹ ਦੇਖ ਕੇ ਫੇਰ ਰੋਟੀ ਖਾਣੀ ਆ, ਕਾਹਨੂੰ ਉਤਾਰੀ ਜਾਂਦੇ ਆ। ਹਾਂਜੀ ਠੀਕ ਹੈ ਜੀ, ਚੰਗਾ ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲ ਕਰਕੇ, ਹੁਣ ਮੈਂ ਸਰ ਅਗਲੇ ਕਾਲਰ ਨਾਲ ਗੱਲ ਕਰ ਲਾਂ। ਦੇਖ ਸਾਰੇ ਮੈਨੂੰ ਸਲਾਹ ਦਿੰਦੇ ਪਏ, ਤੈਨੂੰ ਅਨਇੰਪਲੋਇਡ ਨੂੰ ਕਾਹਤੇ ਮੈਂ ਘਰੇ ਰੱਖਿਆ, ਮੈਂ ਇਸਾਂ ਹੀ ਜਾ ਕੇ ਚੋਲਾ। ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਟਿਕਲਾ ਦੋ ਅਗਲਾ ਬੋ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ। ਹਾਂ ਦੇਖ ਕੇ ਸਾਰਾ ਕੁਝ ਖਾ ਗਿਆ।
ਐਡੀ ਸੋਹਣੀ ਲੱਗਣ ਡਈ ਏ ਰਹਿ ਰੱਬ ਜਾਣਾ ਆ ਵੇਖੋ ਕਿਹੋ ਜਿਹਾ ਕਹਿੰਦੇ ਨਾ ਲੰਗੂਰ ਕਿਹਾ ਜਾ ਰਿਹਾ ਅੰਗੂਰ ਕਾ ਸਵਾਦ ਉਹ ਕੀ ਹੁੰਦਾ ਅਦਰਕ ਕਾ ਸਵਾਦ ਆ ਵੇਖੋ ਕਿਹੋ ਜਿਹੀ ਲੰਗੂਰ ਦੇ ਪੱਲੇ ਪੈ ਗਈ ਵਾ ਹੋ ਬੇਇੱਜ਼ਤੀ ਹਿਸਾਬ ਨਾ ਕਰ ਹੈਲੋ ਹੈਲੋ ਆ ਵੇਖੋ ਇਹਨੂੰ ਮੇਰੀ ਕਦਰ ਨਹੀਂ ਪਤਾ ਤੁਹਾਨੂੰ ਸਾਰਿਆਂ ਨੂੰ ਪਤਾ ਹੈਲੋ ਹਾਂਜੀ ਹੈਲੋ ਹਾਂ ਗਲਾਬੋ ਸਤਿ ਸ੍ਰੀ ਅਕਾਲ ਮੈਂ ਜੀ ਸਤਿ ਸ੍ਰੀ ਅਕਾਲ ਮੈਂ ਕਿਹਾ ਤੁਹਾਨੂੰ ਮੇਰੀ ਕਦਰ ਪਤਾ ਆ ਇਹਨੂੰ ਨਹੀਂ ਪਤਾ ਗਲਾਬੋ ਗੱਲ ਇਦਾਂ ਤੂੰ ਇੱਡੀ ਅੱਜ ਸੋਹਣੀ ਲੱਗਣ ਡਈ ਹੈ ਨਾ ਕਈ ਇਹ ਜਾਂ ਮੈਨੂੰ ਪਤਾ ਜਾਂ ਪ੍ਰਮਾਤਮਾ ਨੂੰ ਪਤਾ ਹਾਏ ਹਾਏ ਆ ਵੇਖ ਨੰਬਰ 2 ਉਹ ਤੇਰਾ ਆਦਮੀ ਬਹੁਤ ਵਧੀਆ ਹਾਂਜੀ ਹੈ ਨਾ ਸਿੰਪਲ ਆਦਮੀ ਹੈ ਸਾਦਾ ਬੰਦਾ ਤੇ ਤੂੰ ਹੈਲੋ ਹਾਂਜੀ ਸਿੰਪਲ ਆਦਮੀ ਹੈ ਸਾਦਾ ਬੰਦਾ ਔਰ ਬਹੁਤ ਵਧੀਆ ਬੰਦਾ ਓਹਦੇ ਕਰਕੇ ਤੂੰ ਏਡੀ ਸੋਹਣੀ ਲੱਗਣ ਡਈ ਹੈ ਨਾ ਤੇਰੇ ਹੋਵੇ ਤੂੰ ਤੈਨੂੰ ਕੌਣ ਜਾਣੇ ਤੈਨੂੰ ਕੌਣ ਪੁੱਛੇਗਾ ਸਾਥ ਦੇਣ ਦੀ ਜਦੋਂ ਇਹਦਾ ਸਾਥ ਮੇਰੇ ਵਿਚਾਰੀ ਦੇ ਵੱਲ ਨਾ ਆਇਓ ਢਾਈ ਕਿਲੋ ਛੋਲੇ ਪੈਂਦੇ ਆ 2.5 ਕਿਲੋ ਛੋਲੇ ਕਲੇਸ਼ ਵੀ ਚੰਗਾ ਨੀ ਲੱਗਦਾ ਹੁਣ ਐ ਕਰ ਮੈਂ ਤੈਨੂੰ ਕੋਈ ਡਿਮਾਂਡ ਨੀ ਕਰਦੀ ਤੈਨੂੰ ਕਦੇ ਕੁਛ ਨੀ ਕਵਾਂਗੀ ਬਸ ਮੈਨੂੰ ਲੰਬੀ ਵਾਲੀ ਇੱਕ ਗੱਡੀ ਦਵਾ ਦੇ ਉਹ ਮੇਰੀ ਗੱਲ ਸੁਣ ਤੂੰ ਨਾ ਐਡਾ ਐਡੀਆਂ ਡਿਮਾਂਡਾਂ ਰੱਖ ਚਾਦਰ ਦੇਖ ਕੇ ਪੈਰ ਪਸਾਰੀ ਦੇ ਹੁੰਦੇ ਨੇ ਮੈਂ ਕਹਿੰਦਾ ਤੂੰ ਜਦੋਂ ਹੋਈ ਮੇਰੇ ਕੋਲ ਗੁੰਜਾਇਸ਼ ਹੋਈ ਮੈਂ ਤੈਨੂੰ ਲੈ ਦੂੰਗਾ ਚੱਲ ਠੀਕ ਆ ਕੋਈ ਲੈ ਦੇਗਾ ਫਿਰ ਆਹੋ ਅਗਲਾ ਫੋਨ ਆਇਆ ਪਿਆ ਹੈਲੋ ਫੋਨ ਆਇਆ ਪਿਆ ਹੈਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਲਾ ਗਰਾਬੋ ਕੀ ਹਾਲ ਆ ਕਾਦਾ ਹਾਲ ਆ ਵੇਖ ਲੋ ਮੇਰਾ ਹਾਲ ਕਾਦਾ ਹਾਲ ਆ ਉੱਥੇ ਚੰਨ ਨਹੀਂ ਚੜਦਾ ਪਿਆ ਇੱਥੇ ਪਿੰਡ 'ਚ ਚੰਨ ਚੜਾ ਹੈ ਖਾਣ ਮੈਨੂੰ ਕੁਝ ਦਿੰਦਾ ਨਹੀਂ ਮੈਂ ਵੱਟ ਖੋਲ ਕੇ ਤੇਰੀ ਉਮਰ ਹੁਣ ਘਟਾਉਂ ਓਏ ਉਹ ਨਾ ਹਜੇ ਚੰਦ ਨਹੀਂ ਚੜਿਆ ਹੈਲੋ ਹੈਲੋ ਗਰਾਬੋ ਹਾਂਜੀ ਮੈਂ ਤੈਨੂੰ ਇੱਕ ਗੱਲ ਸੁਣਾਉਣਾ ਸੁਣੀ ਥੋੜਾ ਜਿਹਾ ਤੁਸੀਂ ਪਹਿਲਾਂ ਮੈਨੂੰ ਇਹ ਦੱਸੋ ਕਿ ਤੁਸੀਂ ਤੁਹਾਡੀ ਘਰ ਵਾਲੀ ਨੇ ਵਰਤ ਰੱਖਿਆ ਉਹ ਹਾਂ ਰੱਖਿਆ ਹੋਇਆ ਉਹ ਖੁੱਲ ਗਿਆ ਬਸ ਠੀਕ ਆ ਅੱਛਾ ਹੁਣ ਤੁਸੀਂ ਗੱਲ ਸੁਣ ਮੈਂ ਨਾਂ ਤਾਂ ਦੱਸ ਦਿਓ ਆਪਣਾ ਤਰਲੋਚਨ ਸਿੰਘ ਬੋਲਦਾ ਜੀ ਤਰਲੋਚਨ ਸਿੰਘ ਜੀ ਮੈਨੂੰ ਦੱਸ ਦਿਓ ਜੀ ਹੁਣ ਤੁਸੀਂ ਕੀ ਸੁਣਾਉਣਾ ਸੁਣਾ ਦਿਓ ਇਹ ਖੜ ਕੇ ਲਿਆਂਦਾ ਖਰਬੂਜਾ ਆਦਾ ਭੁੱਖੜ ਜਿਹਾ ਲੱਗਦਾ ਜੀ ਇਹਦੇ ਸਿਰ 'ਤੇ ਥਾਲੀ ਮਾਰਦੇ ਬੁੱਧਾ ਤੈਨੂੰ ਕਹਿੰਦੇ ਆ ਅੱਛਾ ਬੇਇੱਜ਼ਤੀ ਹੋਈ ਹੈ ਉਹ ਜੀ ਬੇਇੱਜ਼ਤੀ ਕਰਾਉਣ ਦਾ ਐਡਾ ਸ਼ੌਕ ਨਾ ਮੇਰੇ ਘਰ ਵਾਲੇ ਨੂੰ ਮੈਂ ਤੁਹਾਨੂੰ ਕਿਹਾ ਦੱਸਾਂ ਜੀ ਬਹੁਤ ਸ਼ੌਕ ਹੈ ਜੀ ਹੋਰ ਕਰੋ ਬਹੁਤ ਭੁੱਖੜ ਲੱਗਦਾ ਯਾਰ ਹਾਏ ਜਿਵੇਂ 3-4 ਦਿਨ ਹੋ ਗਏ ਅੰਦਰ ਰੋਟੀ ਨਹੀਂ ਮਿਲੀ ਹੁੰਦੀ ਇਹਨੂੰ ਇਹ ਅੱਜ ਇਹ ਬੋਲਣਾ ਮੇਰੇ ਘਰ ਵਾਲੇ ਨੂੰ ਕੁਛ ਵੀ ਅੱਜ ਦਾ ਦਿਨ ਇਹ ਭੁੱਖੀ ਹੈ ਸਾਰੀ ਜ਼ਿੰਦਗੀ ਭੁੱਖਾ ਮਾਰਦੀ ਹੈ ਨਹੀਂ ਮੈਨੂੰ ਇਹ ਚੁੱਪ ਕਰ ਮੈਂ ਤੇਰਾ ਸਾਥ ਦਿੰਦੀ ਪਈ ਹਾਂ ਚੋਲਾ ਦੱਸ ਕਿਹੜਾ ਹੈ ਤੇਰਾ ਇਹ ਹੁਣ ਦੱਸੇ ਪਤਾ ਵਿਚੋਲੇ ਨੂੰ ਅੱਛਾ ਕੀ ਕਹਿੰਦੇ ਵਿਚੋਲੇ ਨੂੰ ਕਹਿੰਦਾ ਵਿਚੋਲੇ ਨੂੰ ਮੁਬਾਰਕਾਂ ਦਿਓ ਕਾਦੀਆਂ ਮੁਬਾਰਕਾਂ ਵਿਚਾਰਾ ਉਹ ਤਾਂ ਉਹਦੀ ਜਾਨ ਨੂੰ ਆਪ ਨੂੰ ਕਸੂੜੀ ਪਈ ਰਹਿੰਦੀ ਹੈ ਨੇਤਾ ਦੇ ਦਿੰਦੀ ਅੱਛਾ ਜੀ ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲ ਕਰਕੇ ਜੇ ਅਗਲਾ ਫੋਨ ਆ ਕੇ ਤੈਨੂੰ ਨੰਗ ਕਹਿ ਕੇ ਮੈਂ ਬਚਾ ਕੇ ਰੱਖਿਓ ਇਹਦਾ ਥਾਲੀ ਯਾਰ ਕਿਤੇ ਰੇੜੀ ਕੋਲੇ ਨਾ ਜਾ ਕੜਾਇਓ ਇਹਨੂੰ
ਅਸ਼ਿਆ ਪਤਾ ਨਹੀਂ ਮੈਨੂੰ ਕਿਆ ਕਹਿ ਪੀਤੀ ਲੱਗੀ ਆ ਓਕੇ ਜੀ ਥੈਂਕ ਯੂ ਹੈਲੋ 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 ਹਾਂਜੀ ਅਗਲਾ ਫੋਨ ਆ ਗਿਆ ਜੀ ਹੈਲੋ ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਕੌਣ ਬੋਲਦੇ ਕਿੱਥੋਂ ਬੋਲਦੇ ਸਤਿ ਸ੍ਰੀ ਅਕਾਲ ਜੀ ਮੈਂ ਭੁਪਿੰਦਰ ਸਿੰਘ ਤੂਰ ਵਿਨੀਪੈਗ ਤੋਂ ਬੋਲਦਾ ਜੀ ਆਏ ਹਾਏ ਵਿਨੀਪੈਗ ਤੋਂ ਪੈਗ ਲਾ ਕੇ ਤਾਂ ਨਹੀਂ ਬੋਲਦੇ ਨਹੀਂ ਸਾਡੇ ਸ਼ਹਿਰ ਦਾ ਨਾਮ ਹੀ ਪੈਗ ਆ ਵਿਨੀਪੈਗ ਤੇ ਗੁਲਾਬੋ ਜੀ ਤੁਹਾਨੂੰ ਮੈਂ ਕਹਿਣਾ ਚਾਹੁੰਦਾ ਸੀ ਹਾਂਜੀ ਵੀ ਬਾਈ ਗਰਚੇਤ ਵਰਗਾ ਬੰਦਾ ਮਿਲਿਆ ਤੂੰ ਤਾਂ ਭੁੱਖੀ ਮਰ ਜਾ ਆ ਵੇਖ ਇੱਕ ਕਰੀ ਹੋਰ ਹੋ ਗਈ ਤੇਰੀ ਮਰ ਜਾਣੇ ਹੁਣ ਤਾਂ ਮੈਨੂੰ ਕੁਝ ਖਾ ਲੈਣ ਦੇ ਦੇਖੋ ਤੁਸੀਂ ਦੇਖੋ ਤੁਹਾਡੇ ਸਾਰਿਆਂ ਦੇ ਸਾਹਮਣੇ ਮੈਂ ਵਿਚਾਰੀ ਭੁੱਖੀ ਬੈਠੀ ਹਾਂ ਹੱਥ 'ਚ ਬਰਫੀ ਦਾ ਟੁਕੜਾ ਫੜਿਆ ਮੈਨੂੰ ਕਹਿੰਦਾ ਜਦੋਂ ਮੇਰੀ ਮਰਜ਼ੀ ਹੋਊਗੀ ਤੈਨੂੰ ਉਦੋਂ ਖਾਣ ਦਊਂਗਾ ਮੈਂ ਜਿੰਨਾ ਚਿਰ ਚੰਦ ਨਹੀਂ ਚੜ੍ਹਦਾ ਪੂਰੀ ਦੁਨੀਆ 'ਚ ਉਨਾ ਚਿਰ ਨਹੀਂ ਤੈਨੂੰ ਖਾਣ ਦਿੰਦਾ ਕੋਈ ਸੱਜ ਅੱਛਾ ਦੱਸੋ ਮੈਂ ਕੀ ਕਰਾਂ ਜੀ ਹੈਲੋ ਆ ਲੈ ਕਰ ਲੈ ਗਿਆ ਉਹਨੂੰ ਭਾਂਡਾ ਹੁਣ ਲੋਕੀ ਸਾਰੇ ਤੈਨੂੰ ਕਈ ਵੀ ਚਲੀ ਜਾਂਦੇ ਆ ਵਾਰ ਵਾਰ ਕਿ ਮੈਨੂੰ ਕੁਛ ਖਾ ਲੈਂਦੇ ਮੇਰਾ ਵੱਤ ਖਿਲਾ ਦੇ ਮੇਰਾ ਅਗਲਾ ਫੋਨ ਆ ਗਿਆ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਕੌਣ ਬੋਲਦੇ ਕਿੱਥੋਂ ਬੋਲਦੇ ਹੈਲੋ 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 ਹਾਂਜੀ ਹਾਂਜੀ ਕੌਣ ਬੋਲਦੇ ਕਿੱਥੋਂ ਬੋਲਦੇ ਹਾਂਜੀ ਬਾਈ ਗੁਰਤੇਜ ਜੀ ਇਹ ਤਾਂ ਇੱਕ ਦਿਨ ਹੀ ਤੁਸੀਂ ਥੱਲੇ ਬਹਿ ਸਕਦੇ ਇੰਨੇ ਸੋਹਣੇ ਹੋਰ ਕੀ ਆਪਣੀ ਆਕੜ ਚ ਰਹਿੰਦਾ 24 ਘੰਟੇ ਈਗੋ ਦੇ ਵਿੱਚ ਹੈ ਆਪ ਇੱਥੇ ਬੈਠਾ ਆਰਾਮ ਨਾਲ ਇਹਨੂੰ ਇਹ ਨਹੀਂ ਪਤਾ ਵੀ ਜਿਹੜੀਆਂ ਘਰ ਦੇ ਵਿੱਚ ਵਰਤ ਰੱਖਦੀਆਂ ਹੁੰਦੀਆਂ ਨੇ ਸਾਰਾ ਸਾਰਾ ਦਿਨ ਮੈਂ ਹੁੰਦਾ ਜੀ ਮੈਂ ਥੱਲੇ ਬੈਂਦਾ ਇਹਨਾਂ ਨੂੰ ਉੱਤੇ ਬਿਠਾਉਂਦਾ ਅੱਛਾ ਹਾਂ ਅਰੇ ਕਿੰਨੇ ਚੰਗੇ ਕਾਸ਼ ਤੁਸੀਂ ਹੋਈ ਹੁੰਦੇ ਫਿਰ ਤੇ ਕਹਾਵਤ ਸੁਣੀਆ ਲੰਗੂਰ ਕੇ ਹਾਥ ਅੰਗੂਰ ਤੇਰੇ ਤੇ ਲਾਗੂ ਹੁੰਦੀ ਹੈ ਤੂੰ ਵੀ ਆਪਣਾ ਤੂੰ ਕੋਈ ਕੰਮ ਹੀ ਕਰ ਲੈ ਮੈਂ ਤੂੰ ਗੱਲ ਸੁਣੋ ਤੇਰੇ ਨੂੰ ਚੰਗੀ ਮੇਰੀ ਜੈਲਦਾਰ ਨਹੀਂ ਸੀ ਜਿਹੜੀ ਮੈਨੂੰ ਇੰਨਾ ਪਿਆਰ ਕਰ ਦਿੱਤੀ ਇੱਕ ਤੂੰ ਹੈ ਜਿਹੜੀ ਮੈਨੂੰ ਹਰ ਟਾਈਮ ਵੱਡੂ ਖੋਂ ਕਰਦੀ ਰਹਿੰਦੀ ਆ ਜੈਲਦਾਰ ਨੇ ਇਹਨੂੰ ਇੰਨਾ ਪਿਆਰ ਕਰਦੀ ਸੀ ਇੰਨਾ ਪਿਆਰ ਕਰਦੀ ਸੀ ਇਹਦੇ ਕੱਛੇ ਵੇਚ ਕੇ ਤੇ ਘਰ ਦੇ ਭਾਂਡੇ ਲੈ ਕੇ ਆਉਂਦੀ ਸੀ ਹੈ ਵੇਚ ਕੇ ਲਿਆਉਂਦੀ ਸੀ ਡਾ ਲੱਗਾ ਇੱਥੇ ਜੈਲਦਾਰਨੀ ਦਾ ਅਗਲਾ ਫੋਨ ਆ ਗਿਆ ਹੈਲੋ 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 ਸਤਿ ਸ੍ਰੀ ਅਕਾਲ ਜੀ ਹੈਲੋ ਸਤਿ ਸ੍ਰੀ ਅਕਾਲ ਗੁਲਾਬੋ ਕੀ ਹਾਲ ਹੈ ਮੇਰਾ ਹਾਲ ਵੀ ਦੇਖ ਲਓ ਇਹਦੀ ਅੱਗ ਲੱਗੀ ਪਹਿਲਾਂ ਇਹਦੇ ਨਾਲ ਗੱਲ ਕਰ ਲਓ ਸਾਡੇ ਕੈਲੀਫੋਰਨੀਆ 'ਚ ਚੰਦ ਨਹੀਂ ਨਿਕਲਣ ਦਿਆ ਤੇ ਭਾਜੀ ਨੇ ਖਰੇ 8 ਕੇਲੇ ਖਾ ਲਏ ਨੇ ਹੋਰ ਕੀ ਦੱਸਾਂ ਮੈਨੂੰ ਨਾ ਮੈਂ ਜਿਹੜਾ ਖਾਣਾ ਇਹ ਥੋੜਾ ਬਹੁਤ ਮੇਰੇ ਲਈ ਸੀਗਾ ਨਾ ਉਹ ਵੀ ਡੱਫ ਕੇ ਬਹਿ ਗਿਆ ਮਰ ਜਾਣਾ ਮੈਂ ਕਿੱਥੇ ਜਾਵਾਂ ਮੇਰਾ ਵਰਤ ਖੁੱਲਣ ਦਾ ਨਾਂ ਨਹੀਂ ਆਉਂਦਾ ਪਿਆ ਆ ਅਸੀਂ ਭਾਜੀ ਦੇ ਬਹੁਤ ਵੱਡੇ ਫੈਨ ਆ ਭਾਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕਿਹੜਾ ਨਾ ਹਾਂ ਵੈਰੀ ਨਾਈਸ ਟੂ ਸੀ ਯੂ ਥੈਂਕ ਯੂ ਸੋ ਮਚ ਭਾਜੀ ਕੋਈ ਅੰਗਰੇਜ਼ੀ ਪੱਲੇ ਪੈਂਦੀ ਬਣਾਓ ਹੋਰ ਇਹਦੇ ਨਹੀਂ ਅੰਗਰੇਜ਼ੀ ਪੱਲੇ ਪੈਂਦੀ ਜੋ ਕੁਝ ਕਿਹਾ ਪੰਜਾਬੀ ਚ ਕਹਿ ਦੋ ਇਹਨੂੰ ਹੈ ਪੈਂਦੀ ਨਹੀਂ ਪੱਲੇ ਮਾਈਂਡ ਯੂਅਰ ਲੈਂਗੋ ਜੋ ਮੈਂਡ ਗੁਲਾਬੋ ਨਾਲ ਹੀ ਬਣਾ ਲੋ ਹਾਂ ਬਹੁਤ ਸੋਹਣੀ ਲੱਗ ਰਹੀ ਅੱਜ ਕਿੰਨਾ ਸੋਹਣਾ ਸੂਟ ਪਾਇਆ ਗੁਲਾਬੋ ਨੇ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਕਰਾਂ ਵੀ ਡੈਂਟਿੰਗ ਪੇਂਟਿੰਗ ਹੋਈ ਹੈ ਜੀ ਇਹਨਾਂ ਦੀ ਐਕਸਕਿਊਜ਼ ਮੀ ਮੇਰੀ ਛੱਤਰੀ ਕਾਹ ਪਿਆ ਐਨੀਵੇਸ ਤੁਸੀਂ ਦੋਨੇ ਹੀ ਬੜੇ ਸੋਹਣੇ ਲੱਗ ਰਹੇ ਹੋ ਬੜਾ ਅੱਛਾ ਸ਼ੋਅ ਹੈ ਨਾਈਸ ਥੈਂਕ ਯੂ ਜੀ ਥੈਂਕ ਯੂ ਥੈਂਕ ਯੂ ਅਵਤਾਰ ਸਿੰਘ ਬੋਲ ਰਿਹਾ ਨਿਊਯਾਰਕ ਤੋਂ ਮੈਨੂੰ ਲੱਗਦਾ ਭੁੱਖੀ ਰੱਖ ਰੱਖ ਕੇ ਤੈਨੂੰ ਅੱਜ ਅੱਧੀ ਸਕਾਤ ਆ ਤੇਰੇ ਭੁੱਖੀ ਰਹਿਣ ਇਹਨੂੰ ਹਾਰ ਲੱਗ ਜਾਊ ਕਿ ਇਹਦੇ ਦੀ ਉਮਰ ਵਧੂਗੀ ਇਹਦੇ ਮੈਂ ਤੁਹਾਨੂੰ ਇਹੀ ਤੈਨੂੰ ਸਮਝਾਉਂਦੀ ਪਈ ਇਹਨੇ ਮੈਨੂੰ ਜ਼ਬਰਦਸਤੀ ਪਰ ਮੈਂ ਨਾ ਵਰਤ ਇਸ ਕਰਕੇ ਰੱਖਿਆ ਕਿ ਅਗਲੇ ਜਨਮ 'ਚ ਨਾ ਆ ਜੱਬ ਮੇਰੀ ਜਾਨ ਨੂੰ ਨਾ ਪਏ
ਨਹੀਂ ਮੈਂ ਤਾਂ ਇਹ ਕਹਿੰਦਾ ਵੀ ਤੇਰੀ ਹਾਰ ਲੱਗ ਜਾਣੀ ਹੈ ਇਹਨੂੰ, ਖਾਈ ਜਾਂਦਾ ਬੈਠਾ ਤੇ ਤੈਨੂੰ ਭੁੱਖੀ ਰੱਖਿਆ ਰਾਤੀ ਸੁੱਕ ਗਈ ਨਾ। ਮੈਨੂੰ ਐ ਦੱਸੋ ਭਾਈ ਸਾਹਿਬ ਮੇਰੇ ਚ ਕਾਹਦੀ ਕਮੀ ਹੈ, ਸੋਹਣਾ ਸੁਨੱਖਾ ਕਾਹਦੀ ਕਮੀ ਮੇਰੇ ਚ, ਕੈਲਸ਼ੀਅਮ ਤੋਂ ਬਿਨਾ। ਘਰ ਚ ਕੁੱਤਾ ਪਾਲ ਲੈ ਇਹਨਾਂ ਵਹਿਮ ਨਾ ਪਾਲ, ਸੋਹਣਾ ਸੁਨੱਖੇ ਦਾ ਲੱਗਾ ਹੈ ਨਾ। ਮੇਰੀ ਗੱਲ ਸੁਣੋ, ਤੁਹਾਡੀ ਘਰ ਵਾਲੀ ਨੇ ਵਰਤ ਰੱਖਿਆ? ਰੱਖਿਆ ਤਾਂ ਹੈ ਜੀ, ਉਹਨੇ ਤਾਂ ਖੋਲ ਵੀ ਲਿਆ, ਚੜ ਗਿਆ ਚੰਦ ਸਾਡੇ ਤੇ। ਚੰਦ ਚੜ ਗਿਆ? ਇਦਾਂ ਹੀ ਕਰਦੇ ਹੋ ਤੁਸੀਂ ਵੀ, ਇਦਾਂ ਹੀ ਕਰਦੇ ਹੋ ਉਹਦੇ ਵਾਂਗੂ। ਨਹੀਂ ਮੈਂ ਤੁਹਾਡੇ ਤੁਸੀਂ ਕਰਦੇ, ਮੈਂ ਤੁਹਾਡੇ ਕੋਲ ਚੰਦ ਬੈਠਾ ਤੇ ਤੁਸੀਂ ਕਿਹੜੇ ਚੰਦ ਦੀ ਵੇਟ ਕਰ ਰਹੇ ਹੋ? ਤੈਨੂੰ ਨੀ ਕਿਹਾ, ਮੈਨੂੰ ਕਿਹਾ ਕਿ ਆਪਣੇ ਸ਼ੀਸ਼ੇ ਚ ਸ਼ਕਲ ਦੇਖ ਲੈ ਨਾ। ਚੰਦ ਦੇਖ, ਚੰਦ ਦੇਖ, ਮੈਂ ਤੈਨੂੰ ਚੰਨ ਕਹਿਤਾ, ਤੁਸੀਂ ਇਹਨੂੰ ਚੰਨ ਕਿਹਾ ਹੈ ਤਾਂ ਜੀ। ਹਾਂ ਜੀ ਹਾਂ ਜੀ, ਇਹਨੂੰ ਚੰਦ ਸੱਚੀ ਪਾਸੇ ਹੋ ਜਾ ਹੁਣ ਪਾਸੇ। ਤੁਸੀਂ ਤਾਂ ਰੋਜ਼ ਚੰਦ ਚੜਾਣੇ ਹਨ, ਇਹ ਤਾਂ ਅੱਜ ਇੱਕ ਦਿਨ ਚੜਿਆ। ਇੱਕ ਮੈਂ ਤੁਹਾਨੂੰ ਗੱਲ ਦੱਸਾਂ, ਉਹ ਚੰਨ ਨੂੰ ਦੇਖ ਕੇ ਤੇ ਪਾਣੀ ਪਾਉਂਦੇ ਹੁੰਦੇ ਨੇ ਨਾ, ਅਰਕ ਦਿੰਦੇ ਹੁੰਦੇ ਨੇ ਨਾ, ਮੈਂ ਇਹਦੇ ਦੇ ਲਾਂ। ਆ ਤੇਰੇ ਤੇ ਚੰਨ ਚੜਿਆ ਨਾ, ਓਏ ਤੇਰੇ ਤੇ ਗਰਮ ਪਾਣੀ ਤੇਜ਼ਾਬ ਪਾ ਦੂੰ ਤੇਰੇ ਤੇ ਮੈਂ। ਆ ਵੇਖੋ, ਵੇਖੋ ਮੈਂ ਫੱਫੇ ਕੁੱਟਣੀ, ਵੱਡਾ ਲੱਗਾ ਫੱਫਾ ਕੁੱਟਣਾ। ਅੱਜ ਵੀ ਲੜੀ ਜਾਂਦੀ ਆ ਤੇ ਬਾਕੀ ਦਿਨ ਕੀ ਹਾਲ ਹੁੰਦਾ ਹੋਇਆ? ਲੈ ਮੈਂ ਤੁਹਾਨੂੰ ਕੀ ਦੱਸਾਂ, ਸਾਡੇ ਨਾ ਖਾਨਦਾਨੀ ਰਵਾਇਤ ਨੂੰ ਅਸੀਂ ਕੰਟੀਨਿਊ ਕੀਤਾ ਹੋਇਆ, ਪਹਿਲਾਂ ਸਾਡੇ ਦਾਦਾ ਦਾਦੀ, ਨਾਨਾ ਨਾਨੀ, ਬੇਬੇ ਬਾਪੂ, ਹੁਣ ਆ ਤੇ ਮੈਂ। ਅੱਛਾ ਅਵਤਾਰ ਜੀ, ਜਰਾ ਅਗਲਾ ਫੋਨ ਆ ਗਿਆ, ਮੈਂ ਜਰਾ ਉਹਨਾਂ ਨਾਲ ਗੱਲ ਕਰ ਲਾਂ। ਮੈਂ ਕਰਦਾ। ਓਕੇ ਕਰ ਲੈ, ਕਰ ਲੈ, ਤੇਰੇ ਲੱਗ ਜੇ ਪੈ ਗਈ ਤੇਰੇ ਕਾਲ ਜੇ ਠੰਡ, ਕਰ ਲੈ ਕਰ। ਹੈਲੋ ਮੈਨੂੰ ਚੰਨ ਕਹਿਤਾ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ। ਇਹਦੇ ਨਾਲ ਗੱਲ ਕਰ ਲਓ, ਇਹਦੀ ਅੱਗ ਲੱਗੀ ਆ। ਪੂਰੇ ਮੁਕੰਮਲ ਬੰਦੇ ਜੀ, ਵਰਤ ਵੁਰਤ ਰੱਖਿਆ ਤੁਹਾਡੇ ਘਰ ਵਾਲੀ ਨੇ? ਘਰ ਵਾਲੀ ਨੇ ਤਾਂ ਭਾਜੀ ਖੋਲ ਕੇ ਹੋਣਾ, ਦੋ ਪਲੇਟਾਂ ਚੌਲਾਂ ਨਾਲ ਵੀ ਰਾਖ ਆ ਗਈ। ਵੇਖਿਆ ਨਾਰੀਅਲ ਤੇ ਕੇਲੇ ਆ ਇਹਦੀ, ਆਪਾਂ ਨੇ ਵੀ ਖੋਲਤਾ, ਆਪਾਂ ਵੀ ਖੋਲਤਾ ਵਰਤ ਭਾਜੀ। ਮੈਂ ਤਾਂ ਅੱਜ ਭੁੱਖਾ ਰਹਿ ਗਿਆ, ਭੁੱਖਾ ਰਹਿ ਗਿਆ। ਆਹ ਭੁੱਖੜ ਖੋੜੀ ਭੁੱਖਾ ਰਹਿ ਗਿਆ, ਤਾਂ ਡਫ ਗਿਆ ਏਡਾ ਕੁਛ। ਕੇਲੇ ਸੀਗੇ, ਸੇਬ ਸੀਗੇ, ਬਰਫੀ ਸੀਗੀ, ਵਿੱਚੋਂ ਕੱਢ ਕੇ ਨਾ ਫੋਲ ਕੇ ਮਰੂ ਸਿਰ ਚ, ਨਾਰੀਅਲ ਵੀ ਖਲਾਈ ਦਾ ਫਿਰ ਇਹਨਾਂ ਨੂੰ, ਹਣ ਉਹੀ ਰਹਿ ਗਿਆ ਬਸ ਇੱਕ। ਪਤਾ ਨੀ ਕਦੋਂ ਖਵਾਊਗਾ। ਖੈਰ ਕੋਈ ਗੱਲ ਨੀ, ਇਹਨੂੰ ਤੇ ਮੇਰਾ ਫਿਕਰ ਹੈ ਨੀ, ਪਰ ਅਗਲਾ ਨੇ ਇੱਕ ਹੋਰ ਫੋਨ ਆ ਗਿਆ, ਉਹਨਾਂ ਨੂੰ ਮੇਰੇ ਬਹੁਤ ਫਿਕਰ ਹੈ। ਜੇ ਤੂੰ ਆ ਮੇਰੇ ਐਤਕੀ ਵਾਰੀ ਮਾਰਿਆ ਨਾ, ਵੇਖੀ ਮੈਂ ਤੇਰਾ ਭੰਨ ਦੂੰ ਸਾਰਾ ਕੁਛ। ਤਾਂ ਫੋਨ ਸੁਣ ਲੈ। ਹੈਲੋ, ਟੀਵੀ ਦੀ ਆਵਾਜ਼ ਬੰਦ ਕਰ ਦੋ। ਆ ਵੇਖੀ ਇਹਨਾਂ ਨੇ ਟੀਵੀ ਦੀ ਆਵਾਜ਼ ਨੀ ਬੰਦ ਕਰਨੀ, ਅਸੀਂ ਆਪਣੀ ਪਸੂੜੀ ਆਪੇ ਪਾਏ ਰੱਖਦੇ ਹਾਂ। ਮੇਰੀ ਗੱਲ ਸੁਣ, ਆ ਜਿਹੜਾ ਨੈਕਸਟ ਤੇਰੇ ਦਿਮਾਗ ਤਾਂ ਹੈ ਨੀਗਾ, ਆ ਜਿਹੜਾ ਨਾਰੀਅਲ ਨੂੰ ਸਿਰਫ ਸਿਰ ਨੂੰ ਆਦੇ ਤੋੜਨ ਵਾਸਤੇ ਰੱਖ ਲੈ, ਤੋੜਨ ਵਾਸਤੇ। ਤੋੜਨ ਵਾਸਤੇ ਨਹੀਂ ਆ, ਮੈਂ ਤੇਰਾ ਸਿਰ ਭੰਨਣ ਵਾਸਤੇ ਲੈ ਕੇ ਆਈ ਆ, ਸਪੈਸ਼ਲੀ ਲੈ ਕੇ ਆਈ ਇਹ। ਹਾਂ ਯਾਰ, ਗਲੇ ਸੜੇ ਕੇਲੇ ਖਵਾ। ਹੈਲੋ, ਮੈਨੂੰ ਦੇਖੋ ਟੀਵੀ ਦੀ ਆਵਾਜ਼ ਤੇ ਬੰਦ ਕਰ ਦੋ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ, ਟੀਵੀ ਦੀ ਆਵਾਜ਼ ਪਹਿਲਾਂ ਬੰਦ ਕਰੋ, ਆਪਾਂ ਫੇਰ ਗੱਲ ਕਰਾਂਗੇ। ਹੈਲੋ ਗੁਲਾਬੋ। ਹੈਲੋ, ਸਤਿ ਸ਼੍ਰੀ ਅਕਾਲ ਭੈਣੇ। ਹਾਂ ਭੈਣੇ, ਬਹੁਤ ਹੀ ਸੋਹਣੀ ਲੱਗਦੀ ਆ ਗੁਲਾਬੋ। ਥੈਂਕ ਯੂ ਸੋ ਮੱਚ ਭੈਣੇ। ਆ ਕੇ ਹੋ ਜਾ ਲੱਗਦਾ। ਮੈਂ ਕਿਹਾ ਜਾ ਲੱਗਦਾ? ਤੁਸੀਂ ਤਾਂ ਪੂਰੇ ਘੈਂਟ ਜੀ ਦੋਨੋਂ, ਬਸ ਪੁੱਛੋ ਹੀ ਨਾ। ਜਿਵੇਂ ਕਹਿੰਦੇ ਪਹਿਲਾਂ ਵੀ ਤੁਹਾਨੂੰ ਕਿਹਾ, ਦੋਨੋਂ ਜਣੇ ਮੂਵੀ ਬਣਾਓ। ਮੈਂ ਕਿਹਾ ਐਨ ਟਾਪ ਤੇ ਜੀ, ਤੁਸੀਂ ਗੁਲਾਬੋ ਤੋਂ ਵੀ ਪਲੱਸ ਹੋ। ਬਹੁਤ ਸੋਹਣੀ ਲੱਗਦੀ ਆ, ਪਰ ਅੱਜ ਦੇ ਦਿਨ ਨਾ ਲੜਾਈ ਕਰ, ਅੱਜ ਦਾ ਦਿਨ ਤਾਂ ਪਿਆਰ ਨਾਲ ਹੀ ਗੱਲ ਕਰ। ਮੇਰੀ ਗੱਲ ਸੁਣੋ ਜੀ। ਹਾਂ ਜੀ, ਮੈਂ ਤੇਰੇ ਛਿੱਤਰ ਮਾਰੂੰਗੀ। ਹਾਏ ਹਾਏ ਹਾਏ, ਤੈਨੂੰ ਗੱਡੀ ਲੈ ਕੇ ਦੇਊਂਗਾ। ਬਸ ਭੋਗਦੇ ਹੀ ਹੋ, ਕਦੇ ਲੈ ਕੇ ਤਾਂ ਦਿੰਦੇ ਨੀ। ਅਗਲਾ ਫੋਨ ਆ ਗਿਆ। ਹੈਲੋ, ਓਕੇ ਓਕੇ, ਬਾਏ ਬਾਏ ਭੈਣੇ। ਹੈਲੋ, ਆ ਫੋਨ ਆ ਗਿਆ, ਗੱਡੀ ਦੀ ਗੱਲ ਕਰਦੇ ਸੀ। ਹੈਲੋ 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 ਹੈਲੋ, ਸਤਿ ਸ਼੍ਰੀ ਅਕਾਲ। ਕੋਈ ਵੀ ਆਪਣੇ ਘਰ ਵਾਲੇ ਨੂੰ ਇੰਨਾ ਪਿਆਰ ਨਹੀਂ ਕਰਦਾ ਹੋਣਾ ਜਿੰਨਾ ਮੈਂ ਕਰਦਾ। ਹੈਲੋ ਹੈਲੋ, ਬੋਲਪੋ ਬੋਲਦੇ ਹੋ? ਕਿੱਥੋਂ ਬੋਲਦੇ ਹੋ? ਅਮਰੀਕਾ ਤੋਂ। ਕੀ ਨਾਮ ਹੈ ਤੁਹਾਡਾ? ਹਾਂਜੀ, ਹਾਂ ਬੇਟੇ, ਜਸ ਥੋੜੀ ਉੱਚੀ ਬੋਲੋ। ਜਿੱਦਾਂ ਕਿ ਉੱਚੀ ਬੋਲੋ, ਜਿੱਦਾਂ ਕਿਤੇ ਸਾਨੂੰ ਸੁਣਦਾ।
ਸਾਨੂੰ ਨਾ ਇਹ ਆਵਾਜ਼ ਕਲੀਅਰ ਨਹੀਂ ਆ ਰਹੀ। ਖੈਰ ਕੋਈ ਗੱਲ ਨਹੀਂ, ਤੁਸੀਂ ਦੁਬਾਰਾ ਤੋਂ ਟਰਾਈ ਕਰਿਓ, ਸ਼ਾਇਦ ਤੁਹਾਡਾ ਫੋਨ ਲੱਗ ਜਾਓ, ਆਵਾਜ਼ ਸਾਡੇ ਤੱਕ ਸਹੀ ਪਹੁੰਚੇ। ਪਰ ਪਲੀਜ਼ ਹੁਣ ਮੇਰੇ ਵੱਧ ਤੋਂ ਖਿਲਾ ਦੇ, ਹਜੇ ਟਾਈਮ ਨਹੀਂ ਹੋਇਆ, ਹਜੇ ਪੂਰੀ ਦੁਨੀਆ ਚੰਦ ਚੜ੍ਹ ਜਾਣ ਦੇ, ਫਰਾਂਸ ਚੜ੍ਹ ਜਾਣ ਦੇ, ਲੰਡਨ 'ਚ ਚੜ੍ਹ ਜਾਣ ਦੇ, ਉਹ ਸਾਰੇ ਜਦੋਂ ਚੰਦ ਘੁੰਮ ਕੇ ਇੱਥੇ ਆ ਗਿਆ, ਫਿਰ ਫਿਰ ਪਾਣੀ ਪੀਣਾ, ਠੀਕ ਹੈ ਨਾ? ਕਿਉਂ ਓਏ, ਪਾਣੀ ਵੀ ਪੀ ਗਿਆ? ਹੈਲੋ, ਮੇਰਾ ਨਾਮ ਜਸਲੀਨ ਕੌਰ ਜੱਲ। ਜਸਲੀਨ, ਆ ਤੁਸੀਂ ਮੈਨੂੰ ਘਰ ਦੱਸੋ, ਘਰੇ ਕਿਸੇ ਨੇ ਵਰਤ ਰੱਖਿਆ? ਹਾਂ, ਮੈਂ ਯੂਐਸਏ ਚ ਹਾਂ। ਯੂਐਸਏ ਚ ਹਾਂ? ਅਸੀਂ ਇੰਡੀਆ ਚ ਹਾਂ। ਯੂਐਸਏ ਚ ਚੰਨ ਚੜ ਗਿਆ? ਬਹੁਤ ਸੋਹਣੇ ਲੱਗਦੇ। ਥੈਂਕ ਯੂ। ਦੇਖ ਦੇਖ ਰੂਪ, ਸੋਚ ਕੁਛ, ਸਮਝ ਕੁਛ, ਆਪਣੇ ਦਿਲ ਦੀ ਆਵਾਜ਼ ਸੁਣ। ਉਹ ਵੇਖ ਆਪਣੇ ਕੰਨ ਖੋਲ, ਲੋਕੀ ਕੀ ਕਹਿੰਦੇ ਆ। ਕੀ ਕਹਿੰਦੇ ਆ? ਕੀ ਕਹਿੰਦੇ ਆ? ਤੂੰ ਸੋਹਣੀ ਬਹੁਤ ਲੱਗਦੀ ਆ। ਮੈਨੂੰ ਵੀ ਤਾਂ ਕਹਿੰਦੇ ਨੇ ਤੂੰ ਸੋਹਣਾ ਬਹੁਤ ਲੱਗਦਾ ਹੈ। ਉਹਨਾਂ ਨੂੰ ਤੇ ਵਹਿਮ ਹੈ, ਤੂੰ ਕੁੱਤਾ ਪਾਲ ਲੈ। ਹਾਏ ਹਾਏ, ਥੈਂਕ ਯੂ ਥੈਂਕ ਯੂ। ਤੁਹਾਨੂੰ ਪੰਜਾਬੀ ਕਲਚਰ ਚੰਗਾ ਲੱਗਦਾ? ਤੁਹਾਡਾ ਸੂਟ ਬਹੁਤ ਸੋਹਣਾ। ਥੈਂਕ ਯੂ। ਹਾਏ, ਦੇਖੀ ਕਿੰਨਾ ਚੰਗਾ ਬੱਚਾ। ਥੈਂਕ ਯੂ ਸੋ ਮਚ ਜੀ, ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲ ਕਰਕੇ। ਅਸੀਂ ਤਾਰੀਫ ਹੀ ਕਰ ਰਹੇ ਸੀ, ਤੈਨੂੰ ਕਿੱਦਾਂ ਦਾ ਫੀਲ ਹੋ ਰਿਹਾ ਸੀਗਾ? ਅਗਲਾ ਫੋਨ ਆ ਗਿਆ। ਹੈਲੋ 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 ਹੈਲੋ, ਸਤਿ ਸ੍ਰੀ ਅਕਾਲ। ਓ ਸਤਿ ਸ੍ਰੀ ਅਕਾਲ ਜੀ। ਆ ਹੁੰਦੀ ਆ ਬੰਦਿਆਂ ਵਾਲੀ ਆਵਾਜ਼, ਵੇਖ ਖਾਂ। ਸਤਿ ਸ੍ਰੀ ਅਕਾਲ ਬਾਈ ਗੁਰਚੇਤ, ਕੀ ਹਾਲ ਚਾਲ ਆ ਭਰਾ? ਬਹੁਤ ਬੁਰਾ ਹਾਲ ਹੈ ਯਾਰ ਬਾਈ, ਜਿਹੜੇ ਹਿਸਾਬ ਨਾਲ ਪਾਸੇ ਤੇ ਮੰਜੇ ਤੇ ਬੈਠਾ, ਬੁਰਾ ਹਾਲ ਤਾਂ ਨਹੀਂ ਲੱਗਦਾ ਮੈਨੂੰ। ਨਹੀਂ, ਮੇਰੀ ਗੱਲ ਸੁਣੋ, ਇਹ 364 ਦਿਨ ਤਾਂ ਜਿਉਣ ਨਹੀਂ ਦਿੰਦੀਆਂ, ਇੱਕ ਦਿਨ ਵਰਤ ਰੱਖ ਕੇ ਮਰ ਨਹੀਂ ਦਿੰਦੀਆਂ। ਉਹ ਮੈਂ ਇੱਕ ਗੱਲ ਲੱਗਦਾ, ਇੱਥੇ ਨਾ ਇੱਕ ਗੋਰੀ ਨੇ ਵਰਤ ਰੱਖਿਆ, ਤੇ ਗੋਰੀ ਨੇ ਵਰਤ ਨਹੀਂ ਰੱਖਿਆ, ਗੋਰੀ ਪੁੱਛਣ ਲੱਗ ਗਈ ਪੰਜਾਬੀ ਕੁੜੀ ਨੂੰ, ਕਹਿੰਦੀ ਵੀ ਤੂੰ ਵਰਤ ਕਾਹਤੋਂ ਰੱਖਿਆ? ਤੇ ਉਹ ਪੰਜਾਬੀ ਕੁੜੀ ਕਹਿੰਦੀ ਵੀ ਮੈਂ ਨਾ ਆਪਣੇ ਘਰ ਵਾਲੇ ਦੀ ਲੰਬੀ ਉਮਰ ਵਾਸਤੇ ਵਰਤ ਰੱਖਿਆ। ਅੱਛਾ। ਗੋਰੀ ਕਹਿੰਦੀ ਹੈ ਤੂੰ ਸਿਧਰੀ ਹੈ? ਕਹਿੰਦੀ ਲੰਬੀ ਉਮਰ ਵਾਸਤੇ ਵਰਤ ਰੱਖਦੀ ਹੈ? ਕਹਿੰਦੀ ਮੇਰੇ ਘਰ ਵਾਲੇ ਦੀ ਤਾਂ 5 million ਦੀ ਇੰਸ਼ੋਰੈਂਸ ਆ। ਕਹਿੰਦੀ ਮੈਂ ਤਾਂ ਕਹਿੰਦੀ ਛੇਤੀ ਮਰੇ, ਮੈਨੂੰ 4 ਪੈਸੇ ਤੂੰ ਉਹਦੀ ਲੰਬੀ। ਆਪਣੇ ਹਿੰਦੁਸਤਾਨ, ਆਪਣੇ ਹਿੰਦੁਸਤਾਨ ਚ ਕਰੋੜਾਂ ਲੋਕ ਭੁੱਖੇ ਮਰਦੇ ਨੇ, ਦੇਖ ਲਓ ਬਾਈ। ਉਹੀ ਤਾਂ ਗੱਲ ਹੈ, ਕਰੋੜਾਂ ਲੋਕ ਭੁੱਖੇ ਮਰਦੇ ਆ, ਤਾਂ ਹੀ ਬਾਈ ਪਤਾ ਨਹੀਂ ਲੱਗਦਾ ਮੈਨੂੰ, ਸਮਝ ਨਹੀਂ ਆਉਂਦੀ ਵੀ ਬੰਦਾ ਫਿਰ ਵੀ ਪਹਿਲਾਂ ਬੁੜੀ ਨਾਲੋਂ ਮਰ ਜਾਂਦਾ ਯਾਰ। ਵਰਤ ਬੁੜੀਆਂ ਰੱਖਦੀਆਂ ਨੇ। ਗੱਲ ਸਹੀ ਹੈ, ਬਿਲਕੁਲ। ਅੰਦਰੋਂ ਅੰਦਰੀ ਪਤਾ ਨਹੀਂ ਕਿਹਦੇ ਦਿਲ 'ਚ ਕਿਆ ਚੱਲ ਰਿਹਾ ਹੁੰਦਾ ਹੈ। ਇਹ ਜ਼ਮੀਨ ਤਾਂ ਇਹਦੀ ਵੀ ਹੈਗੀ ਆ, ਮੈਂ ਤਾਂ ਕਹਿੰਦੀ ਹਾਂ ਲੰਬੀ ਉਮਰ ਹੀ ਹੋਵੇ। ਹੈਲੋ, ਅਗਲਾ ਫੋਨ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੌਣ ਬੋਲਦੇ? ਬਾਈ ਜੀ, ਕੀ ਹਾਲ ਚਾਲ ਆ? ਗੁਲਾਬਾ ਜੀ, ਕੀ ਹਾਲ ਚਾਲ ਆ? ਮੇਰਾ ਨਾਮ ਗੁਰਪ੍ਰੀਤ ਸਿੰਘ, ਅੰਡਿਆਣਾ ਤੋਂ ਬੋਲਦਾ ਜੀ ਮੈਂ। ਅੱਛਾ, ਬਹੁਤ ਵਧੀਆ ਜੀ। ਗੁਰਪ੍ਰੀਤ ਜੀ, ਮੈਨੂੰ ਅੱਜ ਦਾ ਟੌਪਿਕ ਨਹੀਂ ਮੈਨੂੰ ਪਤਾ ਜੀ, ਮੈਂ ਹੁਣੀ ਆਇਆ ਜੀ ਕੰਮ ਤੋਂ। ਅੰਧ ਵਿਸ਼ਵਾਸਾਂ ਦੇ ਮੁਲਕ ਚੋਂ ਬਾਹਰ ਆਏ ਹਾਂ। ਗੁਰਪ੍ਰੀਤ ਜੀ, ਤੁਸੀਂ ਬਹੁਤ ਚੰਗੀ ਗੱਲ ਕੀਤੀ ਹੈ। ਜਿਹੜਾ ਅੰਧ ਵਿਸ਼ਵਾਸ ਆ ਉਹ ਚੋਂ ਬਾਹਰ ਆ ਕੇ ਅਸੀਂ ਵਧੀਆ ਮੁਲਕ ਚ ਆਏ ਹਾਂ, ਇੱਥੇ ਵਧੀਆ ਸਾਡੇ ਸੰਸਕਾਰ ਆ, ਵਧੀਆ ਕੰਮ ਕਰਦੇ ਆ, ਭੁੱਖੇ ਰਹਿਣ ਨਾਲ ਨਾ ਤਾਂ ਕਿਸੇ ਦੀ ਉਮਰ ਵਧੀ ਆ ਨਾ ਵਧਣੀ ਆ। ਬਿਲਕੁਲ ਬਿਲਕੁਲ ਬਿਲਕੁਲ। ਥੈਂਕ ਯੂ ਜੀ, ਤੁਸੀਂ ਬਹੁਤ ਸਹੀ ਗੱਲ ਕੀਤੀ ਹੈ ਗੁਰਪ੍ਰੀਤ ਜੀ, ਔਰ ਬੜਾ ਚੰਗਾ ਲੱਗਾ ਤੁਹਾਡੇ ਨਾਲ ਗੱਲ ਕਰਕੇ। ਤੇ ਨਾ ਹੁਣ ਨਾ ਗੁਰਪ੍ਰੀਤ ਜੀ ਨੇ ਜਿਹੜੀ ਅੰਧ ਵਿਸ਼ਵਾਸ ਦੀ ਗੱਲ ਕੀਤੀ ਸੀ, ਇਹ ਇਸ ਅੰਧ ਵਿਸ਼ਵਾਸ ਦੇ ਵਿੱਚ ਤੂੰ ਵੀ ਜੀ ਰਿਹਾ ਹੋਏਗਾ ਰੂਪ, ਕਿ ਮੈਂ ਤੇਰੇ ਕਰਕੇ ਵਰਤ ਰੱਖਿਆ। ਮੈਂ ਐਕਚੁਲੀ ਦੇ ਵਿੱਚ ਨਾ ਪੀਜ਼ਾ ਮੰਗਾ ਕੇ, ਬਰਗਰ ਮੰਗਾ ਕੇ, ਪਾਸਤਾ ਮੰਗਾ ਕੇ, ਪਤਾ ਨਹੀਂ ਕਿਆ ਕਿਆ ਖਾ ਚੁੱਕੀ, ਮੈਨੂੰ ਕੋਈ ਭੁੱਖ ਭੱਖ ਨਹੀਂ ਲੱਗਿਆ, ਪਾਣੀ ਕਿਸੇ ਵਾਸਤੇ ਕੋਈ ਵਰਤ ਵਰਤ ਰੱਖਿਆ। ਮੇਰੀ ਗੱਲ ਸੁਣ, ਮੇਰੀ ਗੱਲ ਸੁਣ, ਆ ਮੈਂ ਤਾਂ ਹੈਰਾਨ ਆ, ਸਾਇੰਸ ਵੀ ਹੈਰਾਨ ਹੈ, ਸਾਇੰਸ ਪੜਾਉਣ ਵਾਲੀਆਂ ਟੀਚਰਾਂ ਨੇ ਵੀ ਵਰਤ ਰੱਖੇ ਹੋਏ ਨੇ, ਦੇਖ ਲੈ। ਆਹੋ, ਨਾਲੇ ਮੇਰੀ ਗੱਲ ਸੁਣ, ਵੈਸੇ ਇਹਨਾਂ ਡੰਬਰਾਂ ਦੇ ਵਿੱਚ ਰੱਖਿਆ ਵੀ ਕੁਝ ਹੈ ਨਹੀਂ, ਗੁਰਪ੍ਰੀਤ ਜੀ ਦੀ ਗੱਲ ਵੀ ਤਾਂ ਬਿਲਕੁਲ ਸਹੀ ਸੀ। ਵੀ ਜੇ ਭੁੱਖਾ ਰਹਿਣ ਨਾਲ ਲੰਮੀ ਉਮਰ ਹੁੰਦੀ ਹੈ, ਮੇਰੀ ਗੱਲ ਸੁਣ, ਇੱਕ ਐ ਕਰੀ, ਤੈਨੂੰ ਸੂਟ ਵੀ ਲੈ ਦੂੰ, ਗੱਡੀ ਵੀ ਲੈ ਦੂੰ, ਹੈ, ਪਰ ਭੁੱਖੀ ਨਾ ਰਹੀ, ਉਹੀ ਘਰ ਦੀ ਸਫਾਈ ਰੱਖ, ਰਸੋਈ ਦੀ ਸਫਾਈ ਰੱਖ, ਹੈ, ਬੱਚਿਆਂ ਨੂੰ ਜਿਹੜਾ ਤੇਲ ਵਾਲੀਆਂ ਚੀਜ਼ਾਂ ਘੱਟ ਖਵਾ, ਇਹਦੇ ਨਾਲ ਸਾਰੇ ਪਰਿਵਾਰ ਦੀ ਲੰਬੀ ਉਮਰ ਹੋਊਗੀ। ਆਹੋ, ਬਹੁਤ ਸਹੀ ਗੱਲ ਕਹੀ ਹੈ। ਤੇ ਨਾਲੇ ਮੈਂ ਇੱਕ ਗੱਲ ਤੁਹਾਨੂੰ ਹੋਰ ਵੀ ਦੱਸਦਾ, ਓਏ ਬੜੀ ਇੰਪੋਰਟੈਂਟ ਜਿਹੀ ਗੱਲ ਹੈਗੀ ਹੈ ਇਹ, ਤੁਹਾਨੂੰ ਸਾਰਿਆਂ ਦੱਸਦਾ ਕਿ ਅੱਜ ਨਾ ਯੂਬਾ ਸਿਟੀ ਦੇ ਵਿੱਚ ਜਿਹੜਾ ਗੁਰਤਾਗਦੀ ਦਿਵਸ ਹੈ ਨਾ, ਉਹਦਾ ਲਾਈਵ ਪ੍ਰਸਾਰਣ ਜਿਹੜਾ, ਔਰ ਉੱਥੇ ਜੋ ਵੀ ਐਕਟੀਵਿਟੀਆਂ ਹੋ ਰਹੀਆਂ ਨੇ ਨਾ, ਉਹ ਸਾਰਿਆਂ ਦੇ ਚਾਨਣਾ ਪਾਓ, ਭਲਾ ਕਾਣ ਉਹ ਜੀ, ਸਾਡਾ ਹੀ ਗਲੋਬਲ ਪੰਜਾਬ ਟੀਵੀ
ਜਾ ਕੇ ਨਾ ਥੋੜੀ ਜੀ ਸ਼ਾਪਿੰਗ ਸ਼ੂਪਿੰਗ ਕਰ ਆਜੋ 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 ਮੇਰੇ ਰੂਪ ਪੁੱਛਾ